ਕੁੜੀਆਂ ਚਿੜੀਆਂ ਤੇ ਮਟਿਆਰਾ ਇਹ ਤਾਂ ਪਲਦੀਆਂ ਨਾਲ ਪਿਆਰਾ ਧੀਆ ਹੁੰਦੀਆਂ ਰੱਬ ਰਚਾਈਆਂ ਤਾਈਓ ਰੱਬ ਨੇ ਰੌਣਕਾਂ ਲਾਈਆਂ ਗੱਲਾਂ ਤੇ ਕੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਆ ਮੈਂ ਹਾਂ ਪਰਮਵੀਰ ਇੱਕ ਸਮਾਂ ਸੀ ਜਦੋਂ ਧੀਆ ਨੂੰ ਕੁੱਖ ਵਿੱਚ ਮਾਰ ਦਿੱਤਾ ਜਾਂਦਾ ਸੀ ਪਰ ਅੱਜ ਧੀਆ ਪੁੱਤਾਂ ਦੇ ਬਰਾਬਰ ਨੇ ਅੱਜ ਮੁੰਡਿਆਂ ਦੇ ਨਾਲ ਮੋਢੇ ਨਾਲ ਮੋਟਾ ਰਲਾ ਕੇ ਹਰ ਕਦਮ ਦੇ ਨਾਲ ਚੱਲ ਰਹੀਆਂ ਔਰ ਹਰ ਖੇਤਰ ਦੇ ਵਿੱਚ ਅਗੇ ਬਾਤ ਰਹੀ ਹੈ ਔਰ ਇੱਕ ਸਸ਼ਕਤ ਔਰਤ ਬਣ ਰਹੀ ਹੈ ਫਿਰ ਕਾਹੇ ਚਾਹੇ ਗੱਲ ਘਰ ਦੀ ਸੁਹਾਣੀ ਦੀ ਹੋਵੇ ਜਾਂ ਫਿਰ ਗੱਲ ਹੋਵੇ ਕਾਮਕਾਜੀ ਔਰਤ ਦੀ ਸਮਾਜ ਵਿੱਚ ਉਸਦਾ ਕੀ ਰੁਤਬਾ ਹੈ ਇਸ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਔਰ ਜਿਹੜੇ ਖਾਸ ਮਹਿਮਾਨ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਨੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾ ਦਈਏ ਸਾਡੇ ਕੋਲ ਪਹੁੰਚੇ ਨੇ ਜੀ ਡਾਕਟਰ 우ਸ਼ਾ ਕਪੂਰ ਜੀ ਜੋ ਕਿ ਰਿਟਾਇਰਡ ਪ੍ਰਿੰਸੀਪਲ ਨੇ ਇੱਕ ਐਜੂਕੇਸ਼ਨਿਸਟ ਨੇ ਔਰ ਹੋਂ ਤੱਕ ਇਹਨਾਂ ਨੇ ਔਰਤਾਂ ਦੇ ਸਨਮਾਨ ਲਈ ਦੋ ਕਿਤਾਬਾਂ ਵੀ ਲਿਖੀਆਂ ਨੇ ਔਰ ਕਈ ਲੇਖ ਇਹਨਾਂ ਦੇ ਅਖਬਾਰਾਂ ਵਿੱਚ ਸਮੇਂ-ਸਮੇਂ ਤੇ ਛਾਪਦੇ ਰਹਿੰਦੇ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਥੈਂਕ ਯੂ ਜੀ ਔਰਤ ਦਾ ਸਮਾਜ ਵਿੱਚ ਕੀ ਰੁਤਬਾ ਹੈ ਇਸ ਬਾਰੇ ਅਸੀਂ ਅੱਜ ਵਿਸਥਾਰ ਨਾਲ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਇਤਿਹਾਸ ਬਾਰੇ ਜੇ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਇਤਿਹਾਸ ਦੇ ਵਿੱਚ ਔਰਤ ਦੀ ਕੀ ਸਥਿਤੀ ਸੀ ਦੇਖੋ ਜੇ ਇਤਿਹਾਸਿਕ ਪਰਿਪੇਖ ਨੂੰ ਦੇਖੀਏ ਤੇ ਇਤਿਹਾਸ ਤੁਹਾਨੂੰ ਪਤਾ ਹੈ ਕਿ ਬਈ ਇੱਕ ਐਂਸ਼ੀਐਂਟ ਕਾਲ ਹੈ ਮੀਡੀਵਲ ਕਾਲ ਹੈ ਤੇ ਮਾਡਰਨ ਪੀਰੀਅਡ ਹੈ ਜੀ ਜੇ ਬਹੁਤ ਪੁਰਾਤਨ ਸਮਾਂ ਦੇਖੀਏ ਜਿਹਨੂੰ ਆਪਾਂ ਵੈਦਿਕ ਪੀਰੀਅਡ ਵੀ ਕਹਿ ਦਿੰਦੇ ਹਾਂ ਐਂਸ਼ੀਐਂਟ ਕਾਲ ਦੇਖੀਏ ਤਾਂ ਉਸ ਵੇਲੇ ਤਾਂ ਔਰਤ ਦੀ ਸਥਿਤੀ ਬਹੁਤ ਅੱਛੀ ਸੀ ਕਿਉਂਕਿ ਉਨੂੰ ਪੜਨ ਦਾ ਪੂਰਾ ਰਾਈਟ ਸੀਗਾ ਔਰ ਸ਼ਾਸਤਰ ਪੜ ਸਕਦੀ ਸੀਗੀ ਔਰ ਉਹ ਆਪਣੇ ਧਾਰਮਿਕ ਸੰਮੇਲਨਾਂ ਛੀਸਲਾ ਹਿੱਸਾ ਲੈਂਦੀ ਸੀ ਧਾਰਮਿਕ ਵਾਦ ਵਿਵਾਦ ਹੀ ਹਿੱਸਾ ਲੈਂਦੀ ਸੀਗੀ ਅੱਗੇ ਵੱਧ ਕੇ ਯਾਨੀ ਕਿ ਹਰ ਕੰਮ ਕੋਈ ਵੀ ਕੰਮ ਜਿਹੜਾ ਸੀਗਾ ਘਰ ਦੀ ਪਤਨੀ ਵਗੈਰਾ ਅਧੂਰਾ ਸੀਗਾ ਲੇਕਿਨ ਹੌਲੀ ਹੌਲੀ ਦੇਸ਼ ਦੇ ਉੱਤੇ ਜਦੋਂ ਆਕਰਮਣਕਾਰੀ ਵਿਦੇਸ਼ੀ ਆਕਰਮਣਕਾਰੀ ਖਾਸ ਕਰਕੇ ਉਹਨਾਂ ਦੇ ਆਕਰਮਣ ਹੁੰਦੇ ਗਏ ਔਰ ਸਾਡੀਆਂ ਬੇਟੀਆਂ ਨਾਲ ਸਾਡੀਆਂ ਮਤਲਬ ਭੈਣਾਂ ਦੇ ਨਾਲ ਔਰਤਾਂ ਦੇ ਨਾਲ ਜਦੋਂ ਦੁਰਵਿਵਹਾਰ ਹੋਇਆ ਯਾਨੀ ਕਿ ਉਹਨਾਂ ਦੀ ਕਿਸੇ ਦੀ ਵੀ ਤਰ੍ਹਾਂ ਨਾਲ ਸਨਮਾਨ ਦੇ ਖਿਲਾਫ ਸਮਾਜ ਦੇ ਵਿੱਚ ਹੋਣਾ ਸ਼ੁਰੂ ਹੋਇਆ ਤੇ ਫਿਰ ਪਰਦਾ ਸਿਸਟਮ ਸ਼ੁਰੂ ਹੋ ਗਿਆ ਜੀ ਲੜਕੀ ਨੂੰ ਅੰਦਰ ਕੈਦ ਕਰਨਾ ਸ਼ੁਰੂ ਕਰਤਾ ਘਰੋਂ ਬਾਹਰ ਕੱਢਣਾ ਉਹਨਾਂ ਨੇ ਮਤਲਬ ਮਨਾਈ ਕਰਦੇ ਵੀ ਨਹੀਂ ਲੜਕੀ ਨੇ ਬਾਹਰ ਨਹੀਂ ਜਾਣਾ ਆਪਣੇ ਘਰ ਦੇ ਅੰਦਰ ਹੀ ਸੀਮਿਤ ਰਵੇ ਔਰ ਇਹ ਜਿਹੜਾ ਇੱਕ ਸਲੋਗਨ ਹੀ ਬਣ ਗਿਆ ਕਿ men for the field and women for home ਯਾਨੀ ਕਿ ਜੋ ਕੰਮ ਕਰਨਾ ਕਰੇ ਕਰੇ ਔਰ ਜੇ ਕਿਸੇ ਬਹੁਤ ਸੰਪੰਨ ਪਰਿਵਾਰਾਂ ਚ ਪੜਾਉਂਦੇ ਵੀ ਸਨ ਤਾਂ ਉਹਨਾਂ ਨੇ ਕਹਿਣਾ ਵੀ ਘਰ ਆ ਕੇ ਟੀਚਰ ਪੜਾਵੇ ਬਾਹਰ ਨਹੀਂ ਕੁੜੀ ਕੱਢਣੀ ਔਰ ਇਸੇ ਤਰ੍ਹਾਂ ਹੀ ਉਹ ਅਤੇ ਵੀ ਮਾਦੇਬਾਦ ਸਤੀ ਹੋਣਾ ਸ਼ੁਰੂ ਹੋ ਗਈ ਔਰ ਜਦੋਂ ਇੱਕ ਰਾਜਾ ਦੂਜੇ ਰਾਜੇ ਦਾ ਸਮਰਾਜੇ ਜਿੱਤਦਾ ਸੀਗਾ ਉਹ ਸਮਰਾਜੇ ਨਹੀਂ ਸੀ ਜਿੱਤਦਾ ਉਹਦੀਆਂ ਰਾਣੀਆਂ ਵੀ ਆਪਣੇ ਹਰਮ ਚ ਲੈ ਜਾਂਦਾ ਸੀ ਉਹਦੇ ਨਾਲ ਜੋਹਰ ਦੀ ਪ੍ਰਥਾ ਸ਼ੁਰੂ ਹੋ ਗਈ ਯਾਨੀ ਕਿ ਔਰਤ ਨਾਲ ਸੰਬੰਧਿਤ ਜਿੰਨੀਆਂ ਵੀ ਇਹ ਕੂਰੀਤੀਆਂ ਨੇ ਚਾਹੇ ਉਬਾਲ ਵਿਆਹ ਹੈ ਉਦੋਂ ਫਿਰ ਮਾਨਸਿਕਤਾ ਇਹ ਬਣ ਗਈ ਨਾ ਕਿ ਭਈ ਭਾਈ ਕੁੜੀ ਨੂੰ ਛੇਤੀ ਤੋਂ ਛੇਤੀ ਵਿਆਹ ਅਗਲੇ ਘਰ ਜਾਵੇ ਸਾਡੀ ਜ਼ਿੰਮੇਵਾਰੀ ਮੁੱਕੇ ਜੀ ਔਰ ਅਸੀਂ ਸੁਰੱਖਿਤ ਮਹਿਸੂਸ ਕਰੀਏ ਇਸ ਕਰਕੇ ਉਹ ਸਾਰੀਆਂ ਕੂਰੀਤੀਆਂ ਦਾ ਇੱਕ ਐਸਾ ਵਕਤ ਸੀਗਾ ਕਿ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਵੱਧ ਗਈਆਂ ਹੂੰ ਫਿਰ ਇੱਕ ਐਸਾ ਵੀ ਚੱਲਣ ਆਇਆ ਕਿ ਹੌਲੀ-ਹੌਲੀ ਇਹ ਮਹਿਸੂਸ ਸ਼ੁਰੂ ਹੋ ਗਿਆ ਹੋਣਾ ਕਿਵੇਂ ਕੁੜੀ ਨੂੰ ਤਾਂ ਅਸੀਂ ਬਿਲਕੁਲ ਘਰ ਦੇ ਅੰਦਰ ਕੈਦ ਹੀ ਕਰ ਦਿੱਤਾ ਉਹਦਾ ਕਿਸੇ ਵੀ ਸਮਾਜਿਕ ਯਾਨੀ ਕਿ ਕੋਈ ਵੀ ਸਮਾमेलन ਹੈ ਸਮਾਜਿਕ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਹੈ ਉਹਦੇ ਚੋਂ ਬਾਹਰ ਹੀ ਨਹੀਂ ਨਿਕਲਦੀ ਫਿਰ ਉਸ ਵੇਲੇ ਸਾਡੇ ਆਪਣੇ ਦੇਸ਼ ਦੇ ਅੰਦਰ ਯਾਨੀ ਰਾਜਾ ਰਾਮ ਮੋਹਨ ਰਾਏ ਵਰਗੇ ਸਮਾਜ ਸੁਧਾਰਕ ਆਏ ਔਰ ਇਸੇ ਤਰ੍ਹਾਂ ਮਤਲਬ ਕਿ ਸਵਾਮੀ ਦੇਰ ਆਨੰਦ ਵਿਵੇਕਾਨੰਦ ਮਹਾਤਮਾ ਗਾਂਧੀ ਜਿਨ੍ਹਾਂ ਨੇ ਅੰਦੋਲਨ ਚਲਾਏ ਹੌਲੀ ਹੌਲੀ ਔਰਤ ਨੂੰ ਉਹਦੇ ਵਿੱਚ ਸ਼ਾਮਿਲ ਕੀਤਾ ਔਰ ਉਹਨਾਂ ਨੇ ਕਿਹਾ ਕਿ ਨਹੀਂ ਲੜਕੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹੈ ਜਦ ਜਨਸੰਖਿਆ ਦਾ 50% ਹਿੱਸਾ ਔਰਤਾਂ ਨੇ ਤੇ ਉਹਨਾਂ ਨੂੰ ਵੀ ਬਾਰ ਹਰ ਕੰਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਵੈ ਇਹ ਹੌਲੀ ਹੌਲੀ ਇਤਿਹਾਸ ਨੇ ਇਸ ਤਰ੍ਹਾਂ ਮਤਲਬ ਕਿ ਕਨਵਰਟ ਬਦਲੀ ਇੱਕ ਵਕਤ ਸੀ ਜਦੋਂ ਬਿਲਕੁਲ ਘਰ ਦੇ ਅੰਦਰ ਫੇਰ ਇੱਕ ਵਕਤ ਹੈ ਉਹਨਾਂ ਲਈ ਅੰਦੋਲਨ ਸ਼ੁਰੂ ਹੋਇਆ ਫਿਰ ਮਹਾਤਮਾ ਗਾਂਧੀ ਨੇ ਬਹੁਤ ਸਾਰੇ ਆਪਣੇ ਜਿੰਨੇ ਅੰਦੋਲਨ ਚਲਾਏ ਐ ਸਾਰਿਆਂ ਵਿੱਚ ਔਰਤਾਂ ਨੂੰ ਜੋੜਿਆ ਔਰ ਖੋਲੀ 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 ਇਹਦਾ ਆਪਣਾ ਜਿਹੜਾ ਰੁਖ ਸੀ ਉਹ ਬਦਲਣਾ ਸ਼ੁਰੂ ਹੋ ਗਿਆ ਜੀ ਤੇ ਜੇ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਕੀ ਹੈ ਸਥਿਤੀ ਔਰਤ ਦੀ ਕੀ ਰੁਤਬਾ ਅੱਜ ਹਾਸਲ ਕਰਕੇ ਬੈਠੀ ਹੈ ਇੱਕ ਔਰਤ ਦੇਖੋ ਜੀ ਜਦੋਂ ਸਾਨੂੰ ਆਜ਼ਾਦੀ ਮਿਲ ਗਈ ਜੀ ਬਜਾਅ ਦੇ ਵਿੱਚ ਦੇਸ਼ ਨਵਾਂ ਸੰਵਿਧਾਨ ਉਨੇ ਅਡਾਪਟ ਕੀਤਾ ਉਸ ਸੰਵਿਧਾਨ ਜਿਹਨੂੰ ਗਡਾਉਣ ਚ 2 ਸਾਲ 11 ਮਹੀਨੇ 18 ਦਿਨ ਲੱਗੇ ਔਰ ਉਸ ਸੰਵਿਧਾਨ ਦੀ ਮੂਲ ਮੁੱਦਾ ਸਮਾਨਤਾ ਸੀ ਜੀ ਕਿ ਅਸੀਂ ਇਸ ਸਮਾਜ ਦੇ ਅੰਦਰ ਇਸ ਨਵੇਂ ਨਵ ਭਾਰਤ ਦੇ ਅੰਦਰ ਔਰਤ مرد ਯਾਨੀ ਲਿੰਗ ਜਾਤੀ ਧਰਮ ਸੰਪਰਾਦਾਇ ਕਿਸੇ ਵੀ ਆਧਾਰ ਤੇ ਕੋਈ ਭੇਦ ਭਾਵਨਾ ਕੀਤਾ ਜਾਵੇ ਐਸਾ ਅਸੀਂ ਦੇਸ਼ ਬਣਾਣਾ ਹੈ ਔਰ ਇਸੇ ਕਰਕੇ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਪਹਿਲੇ ਪੇਜ ਤੇ ਹੀ ਲਿਖਿਆ ਹੋਇਆ ਕਿ ਬਈ 威ਦ ਪੀਪਲ ਆਫ ਇੰਡੀਆ ਹੇਅਰ ਬਾਈ ਸੋਲਿਬਲੀ ਡਿਕਲੇਅਰ ਇੰਡੀਆ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕ ਰਿਪਬਲਿਕ ਐਂਡ ਗਿਵ ਟੂ ਆਵਰ self ਸਭ ਤੋਂ ਪਹਿਲੀ ਚੀਜ਼ ਹੈ ਇਕਵੈਲਿਟੀ ਕਾ ਦੀ ਇਕਵੈਲਿਟੀ ਆਫ ਸਟੇਟਸ ਐਂਡ ਓਪਰਚ्युनिटी ਲਿਬਰਟੀ ਆਫ ਥੋਟ ਫੇਥ ਬਿਲੀਫ ਐਂਡ ਵਰਸ਼ਿਪ ਐਂਡ ਜਸਟਿਸ ਸੋਸ਼ਲ ਇਕਨੋਮਿਕ ਪੋਲੀਟੀਕਲ ਯਾਨੀ ਕਿ ਕੋਈ ਧਰਮ ਕੋਈ ਜਾਤੀ ਕੋਈ ਸੰਪਰਦਾਇ ਚਾਹੇ ਲਿੰਗ ਇਸਤਰੀ ਜਾਂ ਪੁਰਸ਼ ਸਭ ਨੂੰ ਬਰਾਬਰੀ ਜਿਹੜੀ ਹੈ ਉਹ ਪ੍ਰਸਤਾਵਨਾ ਨਹੀਂ ਉਹਦੇ ਨਾਲ ਵਾਅਦਾ ਕੀਤਾ ਔਰ ਜੇ ਥੋੜਾ ਜਿਹਾ ਅੱਗੇ ਚੱਲ ਜਾਓ ਤੀਜਾ ਚੈਪਟਰ ਹੈ ਸਾਡੇ ਅਧਿਕਾਰਾਂ ਦਾ ਉਹਦੀ ਸ਼ੁਰੂਆਤ ਸਮਾਨਤਾ ਦਾ ਅਧਿਕਾਰ ਹੈ ਧਾਰਾ 14 ਧਾਰਾ 14 ਧਾਰਾ ਵਿੱਚ ਲਿਖਿਆ ਹੈ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ ਕਾਨੂੰਨ ਸਭ ਦੀ ਬਰਾਬਰ ਰੱਖਿਆ ਕਰੇਗਾ ਔਰ 15 ਧਾਰਾ ਵਿੱਚ ਲਿਖਿਆ ਹੈ ਕਿ ਦੇਸ਼ ਜਾਂ ਜਿਹੜੀ ਸਰਕਾਰ ਜਾਂ ਦੇਸ਼ ਦੇ ਅੰਦਰ ਧਰਮ ਜਾਤੀ ਲਿੰਗ ਸੰਪਰਦਾਇ ਜਾਂ ਬਰਥ ਪਲੇਸ ਕਿਸੇ ਵੀ ਆਧਾਰ ਤੇ ਇਸੇ ਵੀ ਇਸਤਰੀ ਆਪਸ਼ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਏਗਾ 39A ਜਿਹੜਾ ਡਾਇਰੈਕਟਿਵ ਪ੍ਰਿੰਸੀਪਲਸ ਵਿੱਚ ਲਿਖਿਆ ਹੈ ਉਹਦੇ ਵਿੱਚ ਲਿਖਿਆ ਹੈ ਕਿ ਸਾਰਿਆਂ ਨੂੰ ਬਰਾਬਰ ਜੀਵਿਕਾ ਕਮਾਣ ਦਾ ਅਧਿਕਾਰ ਹੈ ਜੀ 39D ਵਿੱਚ ਲਿਖਿਆ ਹੈ ਜੇ ਔਰਤ ਮਰਦ ਬਰਾਬਰ ਕੰਮ ਕਰਦੇ ਨੇ ਤੇ ਬਰਾਬਰ ਵੇਤਨ ਪਾਣ ਦਾ ਅਧਿਕਾਰ ਹੈ 42 ਧਾਰਾ ਦੇ ਵਿੱਚ ਲਿਖਿਆ ਹੈ ਕਿ ਔਰਤ ਨੇ ਕਿਉਂਕਿ ਉਹ ਜਨਮਦਾਨੀ ਜਨਮਦਾਤਰੀ ਵੀ ਹੈ ਜਨਮ ਦੇਣ ਵਾਲੀ ਹੈ ਉਹਨੂੰ ਪ੍ਰਸੂਤੀ ਜਿਹੜੀ ਹੈ ਉਹਦੀ ਫੈਸਿਲਿਟੀ ਦਾ ਉੱਥੇ ਲਿਖਿਆ ਗਿਆ ਹੈ 42 ਆਰਟੀਕਲ ਦੇ ਵਿੱਚ ਇਸੇ ਤਰ੍ਹਾਂ ਜੇ ਥੋੜਾ ਜਿਹਾ ਅੱਗੇ ਚਲੀਏ ਤੇ 352 ਚ ਲਿਖਿਆ ਹੈ ਕਿ 18 ਸਾਲ ਦਾ ਲੜਕੀ ਹੈ ਜਾਂ ਲੜਕਾ ਹੈ ਕੋਈ ਵੀ ਹੈ ਉਸ ਨੂੰ ਬਰਾਬਰ ਵੋਟ ਦੇਣ ਦਾ ਅਧਿਕਾਰ ਹੈ 25 ਸਾਲ ਦਾ ਹੈ ਤਾਂ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਯਾਨੀ ਕਿ ਸਾਡੇ ਸੰਵਿਧਾਨ ਨੇ ਕਿ ਤੇ ਵੀ ਇਹ ਨਹੀਂ ਸਾਬਤ ਕੀਤਾ ਕਿ ਵੀ ਔਰਤ ਤੇ ਮਰਦ ਦੇ ਵਿੱਚ ਕੋਈ ਫਰਕ ਹੈ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਸਾਡਾ ਚੌਥਾ ਚੈਪਟਰ ਹੈ ਉਹਦੇ ਬਾਅਦ 51 A ਦੇ ਵਿੱਚ ਡਿਊਟੀਆਂ ਲਿਖੀਆਂ 10 ਜੀ 11 ਹੁਣ ਤਾਂ ਇਸ ਵੇਲੇ ਤਾਂ 11 ਨੇ 11 ਡਿਊਟੀਆਂ ਬਣ ਗਈਆਂ ਜਿਦੇ ਵਿੱਚ ਇੱਕ ਡਿਊਟੀ ਇਹ ਵੀ ਲਿਖੀ ਗਈ ਹੈ ਕਿ ਇਟ ਇਜ਼ ਦਾ ਡਿਊਟੀ ਆਫ ਏਵਰੀ ਸਿਟੀਜ਼ਨ ਟੂ ਰੈਨਾਊਂਸ ਸੱਚ ਪ੍ਰੈਕਟਿਸਿਸ ਵਿਚ ਆਰ ਡੈਰੋਗੇਟਰੀ ਟੂ ਦਾ ਡੀਗਨਿਟੀ ਆਫ ਔਮਨ ਕਿ ਔਰਤ ਦੇ ਸਨਮਾਨ ਦੇ ਖਿਲਾਫ ਜੋ ਵੀ ਪਰੰਪਰਾਵਾਂ ਨੇ ਜੋ ਵੀ ਸਾਡੇ ਰੀਤੀ ਰਿਵਾਜ ਨੇ ਭਾਵੇਂ ਉਹ ਬਾਲ ਵਿਆਹ ਹੈ ਭਾਵੇਂ ਉਹ ਦਹੇਜ ਪ੍ਰਥਾ ਹੈ ਭਾਵੇਂ ਉਹ ਸਤੀ ਪ੍ਰਥਾ ਹੈ ਕਿ ਉਹਨਾਂ ਦਾ ਇਸ ਸਮਾਜ ਦੇ ਵਿੱਚ ਮਤਲਬ ਨਿਖੇਦ ਕੀਤਾ ਜਾਏਗਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਮਾਨਤਾ ਨਹੀਂ ਦਿੱਤੀ ਜਾਏਗੀ ਯਾਨੀ ਸੰਵਿਧਾਨ ਦੇ ਵਿੱਚ ਔਰਤ ਤੇ ਮਰਦ ਨੂੰ ਬਰਾਬਰੀ ਦਾ ਸਥਾਨ ਦਿੱਤਾ ਗਿਆ ਔਰ ਅੱਜ ਹੈ ਵੀ ਹੈ ਬਿਲਕੁਲ ਮੈਂ ਵੀ ਤਾਂ ਬੈਠੇ ਹਾਂ ਜੀ ਇਹੀ ਸਵਾਲ ਮੇਰਾ ਅਗਲਾ ਸੀ ਵੀ ਕਿ ਇਹ ਜਿਹੜੇ ਸਿਰਫ ਕਾਨੂੰਨ ਲਿਖੇ ਗਏ ਆ ਜਾਂ ਫਿਰ ਇਹ ਲਾਗੂ ਵੀ ਕੀਤੇ ਜਾਂਦੇ ਆ ਕਿੰਨੇ ਕ ਔਰਤ ਅੱਜ ਜਾਗਰੂਕ ਹੈ ਕਿੰਨੇ ਕ ਮਰਦ ਅੱਜ ਜਾਗਰੂਕ ਨੇ ਇਹਨਾਂ ਚੀਜ਼ਾਂ ਤੋਂ ਦੇਖੋ ਜੀ ਸੰਵਿਧਾਨ ਲਾਗੂ ਹੋ ਗਿਆ ਜੀ 50 ਦੇ ਵਿੱਚ ਹਮ ਸਾਡੇ ਦੇਸ਼ ਦੀ ਸਰਕਾਰ ਬਣੀ ਔਰ ਤੁਹਾਨੂੰ ਪਤਾ ਵੀ ਕਿਸੇ ਵੀ ਚੀਜ਼ ਨੂੰ ਸਮਾਜ ਦੇ ਵਿੱਚ ਮਾਨਤਾ ਦਿਵਾਨੀ ਹੋਵੇ ਸਾਰਿਆਂ ਕਰੋ ਬਰਾਬਰ ਪਾਲਨ ਕਰਵਾਣਾ ਹੋਵੇ ਤਾਂ ਫਿਰ ਕੁਝ ਕਾਨੂੰਨ ਤਾਂ ਉਲਿਕੇ ਨੇ ਪੈਂਦੇ ਆ ਬਿਲਕੁਲ ਕਿਉਂਕਿ ਗੱਲਾਂ ਨਾਲ ਤਾਂ ਕੋਈ ਵੀ ਗੱਲ ਪਰਿਵਰਤਨ ਨਹੀਂ ਹੁੰਦਾ ਕੁਝ ਕਾਨੂੰਨ ਵੀ ਉਲਿਕੇ ਗਏ ਜੀ ਉਹ ਮੁੱਖ ਤੌਰ ਤੇ ਸਿਗੇ ਕਿ ਔਰਤ ਦਾ ਸਮਾਜਿਕ ਰੁਤਬਾ ਤਾਂ ਚੁੱਕਣ ਲਈ ਵੀ ਲਿਖੇ ਗਏ ਫਿਰ ਕੰਮਕਾਜੀ ਔਰਤ ਲਈ ਵੀ ਲਿਖੇ ਗਏ ਔਰ ਇਸੇ ਤਰ੍ਹਾਂ ਜੇ ਉਹਨੂੰ ਪੋਲਿਟੀਕਲ ਖੇਤਰ ਦੇ ਵਿੱਚ ਵੀ ਬਰਾਬਰੀ ਦੇਣ ਕਰਕੇ ਵੀ ਕੁਝ ਸੰਵਿਧਾਨਿਕ ਸੋਧ ਸੋਧ ਵੀ ਕੀਤੀਆਂ ਗਈਆਂ ਤੇ ਕੁਝ ਕਾਨੂੰਨ ਵੀ ਬਣਾਏ ਗਏ ਜਿਵੇਂ ਯਾਨੀ ਕਿ 55 ਦੇ ਵਿੱਚ 1955 ਦੇ ਵਿੱਚ ਹਿੰਦੂ ਮੈਰਿਜ ਐਕਟ ਪਾਸ ਕੀਤਾ ਗਿਆ ਜਿਹਦੇ ਨਾਲ ਔਰਤ ਦੀ ਵਿਆਹ ਦੀ ਉਮਰ ਜਿਹੜੀ ਸੀ ਉਹ ਵਧਾਈ ਗਈ ਪਹਿਲਾਂ ਸੀ ਨਾ ਛੋਟੀਆਂ ਹੀ ਵਿਆਹ ਦਿਓ 21 ਸਾਲ ਕੀਤਾ ਗਿਆ ਇਸੇ ਤਰ੍ਹਾਂ ਹੀ ਹਿੰਦੂ ਸ सक्सेशन ਐਕਟ ਪਾਸ ਕੀਤਾ ਗਿਆ ਜਿਹਦਾ ਮੇਨ ਮੁੱਦਾ ਸੀ ਕਿ ਪਿਤਾ ਦੀ ਸੰਪਤੀ ਦੀ ਉਤਰਾਧਿਕਾਰੀ ਕੇਵਲ ਪੁੱਤਰੀ ਨਹੀਂ ਲੜਕੀ ਵੀ ਹੈ ਜੀ ਫਿਰ ਹਿੰਦੂ ਜਿਹੜਾ ਹੈ ਦਿਸ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਪਾਸ ਕੀਤਾ ਗਿਆ ਤੁਹਾਨੂੰ ਪਤਾ ਹੈ ਇਸ ਕਾਨੂੰਨ ਤੋਂ ਪਹਿਲੇ ਔਰਤ ਆਪਣੇ ਨਾਮ ਤੇ ਬੱਚਾ ਅਡਾਪਟ ਨਹੀਂ ਸੀ ਕਰ ਸਕਦੀ ਕਿਤੋਂ ਵੀ ਅਡਾਪਟ ਕਰਨ ਜਾਇਓ ਪੁੱਛਦੇ ਸੀ ਤੇਰਾ ਪਤੀ ਕੌਣ ਹੈ ਜੀ ਵੇ ਪਤੀ ਨਾਲ ਚਾਹੀਦਾ ਵਾ ਮੇਲ ਮੈਂਬਰ ਨਾਲ ਚਾਹੀਦਾ ਇਸ ਕਾਨੂੰਨ ਦੇ ਪਾਸ ਹੋਣ ਦੇ ਨਾਲ ਇਹ ਹੋ ਗਿਆ ਕਿ ਲੜਕੀ ਚਾਵੇ ਤਾਂ ਆਪਣੇ ਨਾਮ ਤੇ ਬੱਚਾ ਅਡਾਪਟ ਕਰ ਸਕਦੀ ਹੈ ਔਰ ਅਗਰ ਪਤੀ ਦੀ ਡੈਥ ਹੋਵੇ ਤਾਂ ਮੇਨਟੇਨੈਂਸ ਕਲੇਮ ਕਰ ਸਕਦੀ ਹੈ ਜੀ ਔਰ ਇਸੇ ਤਰ੍ਹਾਂ ਹੀ ਇਹ ਇੱਕ ਹੋਰ ਮਤਲਬ ਕਾਨੂੰਨ ਬਣਿਆ that was dowry prohibition act 1961 ਚ ਬਣਿਆ ਕਿ ਭਾਈ ਜਿਹੜੀ ਦਹੇਜ ਹੈ ਸਭ ਤੋਂ ਵੱਡੀ ਲਾਹਨਤ ਹੈ ਕੁੜੀ ਜੰਮਦੀ ਤੇ ਜਿਹੜਾ ਦਿਮਾਗ ਤੇ ਬੋਝ ਪੈਂਦਾ ਉਹ ਸਿਰਫ ਇਸੇ ਕਰਕੇ ਹੀ ਤਾਂ ਪੈਂਦਾ ਭਾਈ ਦਾਦੀਆਂ ਨਾਨੀਆਂ ਕਹਿ ਨਹੀਂ ਦਿੰਦੀਆਂ ਕਿ ਭਾਈ ਹੋ ਜਾ ਭਾਈ ਤਿਆਰ 10 ਲੱਖ ਦਾ ਖਰਚਾ ਆ ਗਿਆ ਜੀ ਦੀ ਕਾਦੀ ਜੰਮੀ 10 ਲੱਖ ਦਾ ਖਰਚਾ ਆ ਗਿਆ ਦਹੇਜ ਦੇਣਾ ਪੈਣਾ ਜੋ ਦਹੇਜ ਨੂੰ ਖਤਮ ਕਰਨ ਵਾਸਤੇ ਵੀ ਦਹੇਜ ਡੋਰੀ ਐਕਟ ਪਾਸ ਕੀਤਾ ਗਿਆ ਯਾਨੀ ਕਿ ਔਰ ਫਿਰ ਚਾਈਲਡ ਮੈਰਿਜ ਰੈਸਟ੍ਰੈਂਟ ਐਕਟ ਪਾਸ ਕੀਤਾ ਗਿਆ ਕਿ ਨਿੱਕੀ ਉਮਰੇ ਮਤਲਬ ਕਿ ਲੜਕੀ ਨੂੰ ਨਹੀਂ ਵਿਆਨਾ ਉਹਨੂੰ ਪਰਿਪੱਕ ਬਹੋਂਦਿਓ ਉਹਨੂੰ ਸਿੱਖਿਆ ਹਾਸਲ ਕਰਨ ਦਿਓ ਉਹਦੇ ਬਾਅਦ ਉਹਦੀ ਸ਼ਾਦੀ ਕੀਤੀ ਜਾਵੇ ਇਸੇ ਤਰ੍ਹਾਂ ਇਹ ਕਮਕਾਜੀ ਔਰਤਾਂ ਕਿਉਂਕਿ ਹੌਲੀ ਹੌਲੀ ਜੋ ਜੋ ਸਮਾਜ ਅੱਗੇ ਵਧਦਾ ਗਿਆ ਔਰਤ ਨੇ ਬਾਹਰ ਨਿਕਲਣਾ ਸ਼ੁਰੂ ਕੀਤਾ ਤੇ ਹੁਣ ਤੇ ਤੁਹਾਨੂੰ ਪਤਾ ਹੀ ਹੈ ਅੱਜ ਸਕੂਲ ਹੋਵੇ ਕਿ ਕਾਲਜ ਯਾਨੀ ਕਿ ਕਾਨੂੰਨ ਦਾ ਖੇਤਰ ਹੋਵੇ ਕਿ ਮੈਡੀਕਲ ਖੇਤਰ ਹੈ ਹਸਪਤਾਲਾਂ ਦੇ ਵਿੱਚ ਡਾਕਟਰ ਨੇ ਵਕੀਲ ਨੇ ਟੀਚਰ ਨੇ 아니 ਪ੍ਰੋਫੈਸਰ ਨੇ ਔਰ ਯੂਨੀਵਰਸਿਟੀਆਂ ਦੇ ਵਿੱਚ ਉਹਦਿਆਂ ਦੇ ਉੱਤੇ ਨੇ ਇਸੇ ਤਰ੍ਹਾਂ ਅੱਜ ਤਾਂ ਸਾਡੀ ਪੁਲਿਸ ਦੇ ਵਿੱਚ ਵੀ ਔਰਤ ਹੈ ਆਪਣੇ ਸੇਨਾ ਦੇ ਵਿੱਚ ਵੀ ਔਰਤ ਹੈ ਔਰ ਮੈਂ ਕੱਲ ਦੀ ਅਖਬਾਰ ਚ ਪੜ੍ਹ ਰਹੀ ਸੀ ਕਿ ਪਾਇਲਟ ਯਾਨੀ ਕਿ ਅ ਦਿਨ ਲੜਕੀਆਂ ਜਿਹੜੀਆਂ ਪਾਇਲਟ ਬਣੀਆਂ ਪਹਿਲਾਂ ਵੀ ਪਾਇਲਟ ਨੇ ਯਾਨੀ ਕਿ ਅੱਜ ਕੋਈ ਖੇਤਰ ਬਚਿਆ ਹੀ ਨਹੀਂ ਕਿ ਜਿਸ ਖੇਤਰ ਦੇ ਵਿੱਚ ਲੜਕੀ ਮੱਲਾ ਨਹੀਂ ਮਾਰ ਰਹੀ ਨਾੜੀ ਬਾਹਰ ਨਹੀਂ ਆਈ ਇਸ ਕਰਕੇ ਕੰਮਕਾਜੀ ਖੇਤਰ ਦੇ ਵਾਸਤੇ ਵੀ ਕੁਝ ਕਾਨੂੰਨ ਉਲੀਕੇ ਗਏ ਜਿਵੇਂ ਕੁਝ ਮੁੱਖ ਕਾਨੂੰਨ ਜਿ ਮੈਂ ਤੁਹਾਨੂੰ ਦੱਸੂਗੀ ਬਰਕਰ ਰਿਲੇਟਡ ਕਿ ਇੱਕ ਇੱਕ ਨੂਨ ਪਾਸ ਕੀਤਾ ਗਿਆ ਕਿ ਬਈ ਇਕੁਅਲ ਰੇਮਨਰੇਸ਼ਨ ਐਕਟ ਜੀ ਅਸੀਂ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਤਾਂ ਲਿਖ ਦਿੱਤਾ 39D ਦੇ ਵਿੱਚ ਇਕੁਅਲ ਪੇ ਫਾਰ ਇਕੁਅਲ ਵਰਕ ਪਰ ਫੇਰ ਵੀ ਜਦੋਂ ਕੰਮ ਖੇਤਰ ਦੇ ਵਿੱਚ ਔਰਤਾਂ ਆਈਆਂ ਤਨਖਾਹ ਥੋੜੀ ਮਿਲਦੀ ਸੀ ਈਵਨ ਮਜ਼ਦੂਰ ਦੇ ਖੇਤਰ ਦੇ ਵਿੱਚ ਵੀ ਔਰਤ ਨੂੰ ਘੱਟ ਦਿੰਦੇ ਬੰਦੇ ਨੂੰ ਜ਼ਿਆਦਾ ਦਿੰਦੇ ਔਰ ਇਕੁਅਲ ਰੈਮਨਰੇਸ਼ਨ ਐਕਟ ਪਾਸ ਹੋਣ ਦੇ ਨਾਲ ਇਹ ਨਿਸ਼ਚਿਤ ਕਰ ਦਿੱਤਾ ਗਿਆ ਕਿ ਬਈ ਜੇ ਇੱਕੋ ਤਰ੍ਹਾਂ ਦੀ ਜੌਬ ਦੇ ਉੱਤੇ ਔਰਤ ਮਰਦ ਕੰਮ ਕਰਦੇ ਨੇ ਤਾਂ ਤਨਖਾਹ ਬਰਾਬਰ ਮਿਲੇਗੀ ਜੀ ਇਸੇ ਤਰ੍ਹਾਂ ਹੀ ਕਮ ਕਾਜੀ ਖੇਤਰ ਦੇ ਵਿੱਚ ਵੀ ਉਹਨਾਂ ਲਈ ਮੈਟਰਨਿਟੀ ਬੈਨੀਫਿਟ ਐਕਟ ਪਾਸ ਕੀਤਾ ਗਿਆ ਜਿਸ ਦੇ ਨਾਲ ਪਹਿਲਾਂ ਸੀਗਾ 3 ਮਹੀਨੇ ਦੀ ਛੁੱਟੀ ਵਿਦ ਤੇ ਨੌਕਰੀ ਕਰਨ ਵਾਲੀ ਨੂੰ ਹੁਣ ਜਿਹੜੀ ਹੈ ਉਹ ਰਿਵਾਈਜ਼ ਹੋ ਕੇ 6 ਮਹੀਨੇ ਹੋ ਗਈ ਕਿ ਭਈ 6 ਮਹੀਨੇ ਦੀ ਛੁੱਟੀ ਹੈ ਵਿਦ ਤੇ ਯਾਨੀ ਕਿ ਇਹ ਔਰਤ ਨੂੰ ਕਮ ਕਾਜੀ ਖੇਤਰ ਦੇ ਵਿੱਚ ਹੋਰ ਸੁਰੱਖਿਆ ਦੇਣ ਵਾਸਤੇ ਜਿਹੜਾ ਦਾ ਸੈਕਸ਼ੂਅਲ ਹਰਾਸਮੈਂਟ ਐਟ ਦਾ ਵਰਕਪਲੇਸ ਪ੍ਰੋਹੀਬਿਸ਼ਨ ਪ੍ਰिवेंशन ਰੈਡਰੈਸਲ 2013 ਚ ਪਾਸ ਹੋਇਆ ਤਾਂ ਜੋ ਕਾਮਕਾਜ ਦੇ ਖੇਤਰ ਦੇ ਵਿੱਚ ਜਿੱਥੇ ਵੀ ਉਹ ਦਫਤਰ ਚ ਜਾਂਦੀ ਕਿਸੇ ਤਰ੍ਹਾਂ ਦੀ ਉਹਦੇ ਨਾਲ ਬਦਸਲੂਕੀ ਨਾ ਹੋਵੇ ਯਾਨੀ ਕਿ ਕਾਮਕਾਜੀ ਖੇਤਰ ਵਾਸਤੇ ਵੀ ਵੱਖਰੇ ਤੌਰ ਤੇ ਕਾਨੂੰਨ ਉਲਿਖੇ ਗਏ ਇੱਕ ਹੋਰ ਵੀ ਕਾਨੂੰਨ ਹੈ ਸਾਡਾ ਫੈਕਟਰੀ ਐਂਡ ਮਾਈਨਜ਼ ਐਕਟ ਜਿਹਦੇ ਵਿੱਚ ਹੈ ਕਿ ਰਾਤੀ ਸ਼ਾਮੀ 7 ਵਜੇ ਤੋਂ ਲੈ ਕੇ 6 ਵਜੇ ਤੱਕ ਔਰਤ ਨੂੰ ਕੰਮ ਤੇ ਨਹੀਂ ਬੁਲਾਇਆ ਜਾਏਗਾ ਯਾਨੀ ਕਿ ਸੁਰੱਖਿਆ ਦਿੱਤੀ ਗਈ ਇਸੇ ਤਰ੍ਹਾਂ ਹੀ ਅਸੀਂ ਬਰੂਨ ਅੱਤਿਆ ਜੀ ਤੁਸੀਂ ਪਹਿਲੇ ਗੱਲ ਕੀਤੀ ਕਿ ਸਾਡੇ ਸਮਾਜ ਦੇ ਵਿੱਚ ਇੱਕ ਇਹ ਬੜੀ ਤੁਰਪਿਆ ਸੀ ਕੰਮ ਕਿ ਭਈ ਟੈਸਟ ਕਰਾ ਲਓ ਕਿਉਂਕਿ ਜੋ-ਜੋ ਮੈਡੀਕਲ ਸਾਇੰਸ ਡਿਵੈਲਪ ਹੋਈ ਤੇ ਲੋਕਾਂ ਨੇ ਜਿੱਥੇ ਇਹਦਾ ਪ੍ਰਯੋਗ ਹੋਇਆ ਉੱਥੇ ਦੁਰਪ੍ਰਯੋਗ ਵੀ ਸ਼ੁਰੂ ਹੋ ਗਿਆ ਕਿ ਭਾਈ ਪਹਿਲੇ ਹੀ ਦੇਖ ਲਓ ਜੇ ਤਾਂ ਹੈਗਾ ਮੁੰਡਾ ਫੇਰ ਤਾਂ ਉਹਦੀ ਪਾਲ ਨਾ ਕਰੋ ਤੇ ਜੇ ਹੈਗੀ ਕੁੜੀ ਤੇ ਉਹਨੂੰ ਬਰੂਨ ਚ ਖਤਮ ਕਰ ਦਿਓ ਉਹਦੇ ਵਾਸਤੇ ਵੀ ਉਚੇਚੇ ਤੌਰ ਤੇ ਕਾਨੂੰਨ ਉਲਿਕੇ ਗਏ ਪਹਿਲਾ ਕਾਨੂੰਨ ਜਿਹੜਾ 71 ਚ ਬਣਿਆ ਉਹ ਸੀ ਦਾ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਕਿ ਭਈ ਪ੍ਰੈਗਨੈਂਸੀ ਨੂੰ ਜੇ ਖਤਮ ਕਰੋਗੇ ਤੇ ਉਹ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਪਰ ਹੁੰਦਾ ਫੇਰ ਵੀ ਰਿਹਾ ਜੀ ਹੁੰਦਾ ਫੇਰ ਵੀ ਰਿਹਾ ਚੱਲਦਾ ਵੀ ਰਿਹਾ ਔਰ ਭਰੂਨ ਚ ਮਾਰਦੇ ਵੀ ਰਹੇ ਫਿਰ 1994 ਦੇ ਵਿੱਚ ਬਹੁਤ ਜਿਆਦਾ ਸਖਤ ਕਾਨੂੰਨ ਪਾਸ ਕੀਤਾ ਗਿਆ ਜਿਹਦੇ ਨਾਲ ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ ਐਕਟ ਉਹਦੇ ਨਾਲ ਇਹ ਧਾਰਾ ਲਿਖੀ ਗਈ ਭਈ ਜੇ ਕੋਈ ਜਿਹੜੇ ਟੈਸਟ ਸੈਂਟਰ ਹੈਗੇ ਨੇ ਕੋਈ ਹਸਪੀਟਲ ਜਾਂ ਕੋਈ ਸਕੈਨ ਸੈਂਟਰ ਅਗਰ ਕਰੇਗਾ ਤੇ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹ ਕੈਨਸਲ ਕਰ ਦਿੱਤਾ ਜਾਏਗਾ ਹੁਣ ਡਰ ਦੇ ਮਾਰੇ ਆਈ ਮੀਨ ਇਹਨੂੰ ਬੜੀ ਠੱਲ ਪਈ ਔਰ ਇਸ ਜਿਹੜੀ ਕੂਰੀਤੀ ਸੀ ਇਹਨੂੰ ਹੁਣ ਕਾਫੀ ਇਹਦੇ ਉੱਤੇ ਮਤਲਬ ਰੋਕ ਲਗਾਈ ਗਈ ਹੈ ਜੀ ਇਸ ਤੋਂ ਇਲਾਵਾ ਜਿਹੜਾ ਰਾਜਨੀਤਿਕ ਜੀਵਨ ਹੈ ਉਹਦੇ ਵਿੱਚ ਵੀ ਔਰਤਾਂ ਨੂੰ ਬਰਾਬਰੀ ਦੇਣ ਵਾਸਤੇ ਇਕ ਤਾਂ ਸੰਵਿਧਾਨ ਦੇ ਵਿੱਚ ਸੰਸ਼ੋਧਨ ਕੀਤਾ ਗਿਆ ਜੀ ਔਰ ਉਹਦੇ ਵਿੱਚ 243ਏ ਜਿਹੜਾ ਹੈ ਉਹ ਇੱਕ ਧਾਰਾ ਲਿਖੀ ਗਈ ਜਿਸ ਦੇ ਨਾਲ ਉਹਨਾਂ ਨੇ ਰੂਰਲ ਖੇਤਰ ਦੇ ਵਿੱਚ ਸ਼ਹਿਰੀ ਖੇਤਰ ਦੇ ਵਿੱਚ 33% ਰੈਜ਼ਰਵੇਸ਼ਨ ਦਿੱਤੀ ਕਿ ਐਵੀ ਇਲੈਕਸ਼ਨ ਜਿਹੜਾ ਉਦਾਂ ਤਾਂ ਇਹ ਜਿੱਤ ਕੇ ਆ ਨਹੀਂ ਸਕਦੀਆਂ ਰੈਜ਼ਰਵੇਸ਼ਨ ਕਰ ਦਿਓ ਤਾਂ ਕਿ ਇਹਨਾਂ ਨੂੰ ਪ੍ਰੋਪਰ ਸੀਟਾਂ ਮਿਲ ਸਕਣ ਫਿਰ ਸਾਡਾ ਜਿਹੜਾ ਪੰਜਾਬ ਮਨਿਸਪਲ ਐਕਟ ਹੈ ਉਹਦੇ ਵਿੱਚ 2017 ਦੇ ਵਿੱਚ ਆਰ ਦਾ ਪੰਜਾਬ ਪੰਚਾਇਤੀ ਰਾਜ ਐਕਟ ਚ 2018 ਦੇ ਵਿੱਚ ਪਰਿਵਰਤਨ ਕਰਕੇ ਸੋਧ ਕਰਕੇ ਸਾਡੀ ਜਿਹੜੀ ਇੱਥੇ ਰੈਜ਼ਰਵੇਸ਼ਨ ਆ 50% ਕੀਤੀ ਗਈ ਤਾਂ ਕਿ ਜਿਹੜੀ ਔਰਤ ਹੈ ਉਹ ਜੇ ਇਲੈਕਸ਼ਨ ਦੇ ਵਿੱਚ ਅਗਰ ਉਹਦਾ ਅਰਖਸ਼ਨ ਹੋਏਗਾ ਤੇ ਉਹ ਬਰਾਬਰ ਫਿਰ ਸੀਟਾ ਜਿੱਤ ਕੇ ਆਏਗੀ ਕਿਉਂਕਿ ਫਿਰ ਤਾਂ ਕੰਪਲਸਨ ਹੈ ਤੇ ਭਈ ਇਹ ਜਿਹੜਾ ਖੇਤਰ ਹੈ ਇਹਦੇ ਵਿੱਚ ਭਈ ਇਹ ਔਮਨ ਦਾ ਖੇਤਰ ਹੈ ਤਾਂ ਔਮਨ ਹੀ ਇਲੈਕਸ਼ਨ ਲੜੇਗੀ ਉਹਦੇ ਨਾਲ ਉਹਨੂੰ ਰਾਜਨੀਤਿਕ ਖੇਤਰ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਪਾਉਣ ਦਾ ਮੌਕਾ ਮਿਲਿਆ ਯਾਨੀ ਕਾਨੂੰਨਾ ਵੱਲੋਂ ਕਿਤੇ ਸਾਡੀ ਸਰਕਾਰ ਨੇ ਕਸਰ ਨਹੀਂ ਛੱਡੀ ਕਿ ਭਈ ਔਰਤ ਨੂੰ ਬਰਾਬਰੀ ਦਾ ਦਰਚਾ ਦੇ ਵਿੱਚ ਔਰ ਉਹਨੂੰ ਹਰ ਖੇਤਰ ਦੇ ਵਿੱਚ ਉਹਨੂੰ ਮਹੱਤਵਪੂਰਨ ਬਣਾਉਣ ਦੇ ਵਿੱਚ ਸਾਡੇ ਕਾਨੂੰਨ ਬੜੇ ਲਾਹੇਮੰਦ ਨੇ ਜੀ ਖੇਤਾਂ ਤੋਂ ਇਲਾਵਾ ਇੱਕ ਸੁਆਣੀ ਦਾ ਜਿਹੜਾ ਰੂਪ ਆ ਉਹ ਵੀ ਉੱਭਰ ਕੇ ਆਉਂਦਾ ਆ ਆਪਾਂ ਘਰ ਦੀ ਸੁਆਣੀ ਦੀ ਗੱਲ ਵੀ ਕਰਨੀ ਆ ਵੀ ਘਰ ਦੇ ਵਿੱਚ ਉਸ ਦਾ ਕੀ ਰਤਬਾ ਪਰ ਫਿਲਹਾਲ ਸਮਾਂ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਨ ਦਾ ਦੇਖਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਸਮਾਜ ਵਿੱਚ ਔਰਤ ਦਾ ਰੁਤਬਾ ਅੱਜ ਦਾ ਵਿਸ਼ਾ ਹੈ ਔਰ ਡਾਕਟਰ 우ਸ਼ਾ ਕਪੂਰ ਜੀ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਰਿਟਾਇਰਡ ਪ੍ਰਿੰਸੀਪਲ ਨੇ ਆਪਾਂ ਔਰਤ ਬਾਰੇ ਗੱਲਬਾਤ ਕਰ ਰਹੇ ਹਾਂ ਔਰ ਇੱਕ ਔਰਤ ਦਾ ਘਰ ਦੇ ਵਿੱਚ ਜਿਹੜੀ ਹੈ ਭੂਮਿਕਾ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਇੱਕ ਮਾਂ ਦੇ ਰੂਪ ਦੇ ਵਿੱਚ ਕਿਉਂਕਿ ਔਰਤ ਨੇ ਕਈ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਔਰ ਵੈਸੇ ਵੀ ਕਿਹਾ ਜਾਂਦਾ ਹੈ ਕਿ ਜੇ ਇੱਕ ਔਰਤ ਪੜ੍ਹੀ ਲਿਖੀ ਹੈ ਤੇ ਪੂਰਾ ਪਰਿਵਾਰ ਪੜ੍ਹਿਆ ਲਿਖਿਆ ਬਣ ਜਾਂਦਾ ਹੈ ਤੇ ਔਰਤ ਇੱਕ ਮਾਂ ਦੇ ਰੂਪ ਵਿੱਚ किस तरह बयान करोगे परमवीर जी घर ਦੇ ਅੰਦਰ ਮੈਂ ਸਮਝਦੀ ਆਂ ਘਰ ਦਾ ਸਾਰਾ ਦਰਮਦਰ ਹੀ ਔਰਤ ਦੇ ਉੱਤੇ ਹੈ ਜੀ ਘਰ ਸਵਰਗ ਹੈ ਕਿ ਨਰਕ ਹੈ ਸਭ ਔਰਤ ਤੇ ਨਿਰਭਰ ਕਰਦਾ ਹੈ ਔਰ ਮਾਂ ਦੇ ਰੂਪ ਦੇ ਵਿੱਚ ਵੀ ਜਿਵੇਂ ਤੁਸੀਂ ਕਿਹਾ ਕਿ ਦੇਖੋ ਜੀ ਅਮੀਰ ਹੈ ਜਾਂ ਗਰੀਬ ਹੈ ਪੀਰ ਹੈ ਜਾਂ ਪੈਗੰਬਰ ਹੈ ਰਾਜਾ ਮਹਾਰਾਜਾ ਹਰ ਸ਼ਖਸ ਜੋ ਦੁਨੀਆ ਚ ਆਇਆ ਮਾਦੀ ਕੁੱਖ ਚੋਂ ਜਨਮ ਲੈ ਕੇ ਆਇਆ ਤਾਂ ਹੀ ਉਹ ਤਾਂ ਸਾਡੇ ਗੁਰੂ ਸਾਹਿਬ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਔਰ ਇੱਕ ਕਵੀ ਵੀ ਲਿਖਦਾ ਵੈ ਕਿ ਬਈ ਨਾਰੀ ਨਿੰਦਾ ਨਾ ਕਰੋ ਨਾਰੀ ਗੁਣ ਕੀ ਖਾਨ ਨਾਰੀ ਸੇ ਪੈਦਾ ਹੋਏ ਤੁਲਸੀ ਸੂਰ ਖੁਮਾਨ ਕੀ ਬਾਕੀ ਯਾਨੀ ਇਸ ਧਾਰੀ ਦੀ ਕੁੱਖ ਚੋਂ ਹੀ ਹਰ ਬੰਦੇ ਨੇ ਜਨਮ ਲਿਆ ਉਸ ਨਾਰੀ ਨੂੰ ਅਸੀਂ ਮਾੜਾ ਕਿਉ ਕਹੀਏ ਔਰ ਮੈਂ ਜਨਮ ਦੇਣ ਵਾਲੀ ਨਾਰੀ ਦੇ ਅਲਾਵਾ ਮੈਂ ਮਹਿਸੂਸ ਕਰਦੀ ਆਂ ਕੇ ਘਰ ਦੇ ਅੰਦਰ ਉਹ ਕੇਵਲ ਜਨਮ ਨਹੀਂ ਦਿੰਦੀ ਹਮਮ ਔਰ ਪੂਰੀ ਤਿਆਗ ਸਹਿਨਸ਼ੀਲਤਾ ਮਮਤਾ ਦਇਆ ਦੀ ਭਾਵਨਾ ਦੇ ਨਾਲ ਬੱਚੇ ਨੂੰ ਪਾਲਦੀ ਹੈ ਔਰ ਉਹਦੀ ਜਨਨੀ ਦੇ ਰੂਪ ਦੇ ਵਿੱਚ ਉਹਨੂੰ ਜਨਮ ਦੇਣ ਦੇ ਬਾਅਦ ਜੀਵਨ ਦੀ ਸੇਧ ਕੇਵਲ ਔਰ ਦਿੰਦੀ ਹੈ ਜੀ ਔਰ ਉਹ ਬੱਚੇ ਦੀ ਪਹਿਲੀ ਟੀਚਰ ਹੈ ਬਿਲਕੁਲ ਮੈਂ ਇੱਕ ਸ਼ਾਸਤਰ ਪੜ੍ਹ ਰਹੀ ਸੀ ਉਹਦੇ ਚ ਉਹਨਾਂ ਨੇ ਲਿਖਿਆ ਹੋਇਆ ਕਿ ਇੱਕ ਟੀਚਰ ਉਪਾਧਿਆਇ ਤੋਂ 10 ਗੁਣਾ ਜ਼ਿਆਦਾ ਮਹੱਤਵਪੂਰਨ ਹੈ ਔਰ ਇੱਕ ਪਿਤਾ ਟੀਚਰ ਤੋਂ 100 ਗੁਣਾ ਜ਼ਿਆਦਾ ਮਹੱਤਵਪੂਰਨ ਹੈ ਯਾਨੀ ਮੁੱਲਵਾਨ ਹੈ ਯਾਨੀ ਉਹਦੀ ਇੰਪੋਰਟੈਂਸ ਹੈ ਔਰ ਇੱਕ ਮਾਂ ਪਿਤਾ ਤੋਂ 1000 ਗੁਣਾ ਜ਼ਿਆਦਾ ਮੁੱਲਵਾਨ ਹੈ ਯਾਨੀ ਕਿ ਉਹਦੀ ਇੱਜ਼ਤ ਹੋਣੀ ਚਾਹੀਦੀ ਸਨਮਾਨ ਹੋਣਾ ਚਾਹੀਦਾ ਕਿਉਂਕਿ ਉਹ ਕੇਵਲ ਜਨਮ ਨਹੀਂ ਦਿੰਦੀ ਉਹ ਬੱਚੇ ਨੂੰ ਉਂਗਲੀ ਫੜ ਕੇ ਚੱਲਣਾ ਸਿਖਾਉਂਦੀ ਤੋਤਲੀਆਂ ਗੱਲਾਂ ਦੇ ਨਾਲ ਮਾਂ ਬੋਲੀ ਸਖਾਂਦੀ ਔਰੇ ਆਚਾਰ ਵਿਚਾਰ ਵਿਵਹਾਰ ਮਾਂ ਸਖਾਂਦੇ ਯਾਨੀ ਕਿ ਇਹ ਔਰਤ ਘਰ ਦੀ ਧਰਮਦਾਰ ਹੈ ਘਰ ਦਾ ਆਧਾਰ ਹੈ ਘਰ ਦੀ ਨੀ ਹੈ ਘਰ ਦੀ ਰੀੜ ਦੀ ਹੱਡੀ ਹੈ ਔਰ ਜਿਹੜੀ ਸਾਡੇ ਤਾਂ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਜੇ ਘਰ ਸਵਰਗ ਹੈ ਤਾਂ ਵੀ ਔਰਤ ਦੇ ਕਾਰਨ ਕਿਉਂਕਿ ਉਹਨੇ ਹੀ ਸਜਾਣਾ ਹੈ ਉਹਨੇ ਹੀ ਸਵਾਰਨਾ ਹੈ ਉਹਨੇ ਹੀ ਘਰ ਦੇ ਅੰਦਰ ਅੱਛੀਆਂ ਲੀਹਾਂ ਪਾਉਣੀਆਂ ਔਰ ਜੇ ਘਰ ਲੜਾਈ ਦਾ ਖਾੜਾ ਤਾਂ ਫਿਰ ਉਹ ਵੀ ਔਰਤ ਦੇ ਕਰਕੇ ਹੀ ਹੈ ਕਿਉਂਕਿ ਜੇ ਚਿੜਚਿੜ ਕਰੂ ਸਾਰੀ ਦਿਹਾੜੀ ਔਰ ਗਲਤ ਤਰੀਕੇ ਦੇ ਨਾਲ ਬੋਲੇਗੀ ਵੱਡਿਆਂ ਦੇ ਨਾਲ ਛੋਟਿਆਂ ਦੇ ਨਾਲ ਦੇਖੋ ਜੀ ਇਹ ਔਰਤ ਦਾ ਰੋਲ ਹਰ ਤਰ੍ਹਾਂ ਹਰ ਪੱਖੋਂ ਘਰ ਦੇ ਅੰਦਰ ਬੜਾ ਮਹੱਤਵਪੂਰਨ ਹੈ ਔਰ ਇਸ ਤੋਂ ਇਲਾਵਾ ਮੈਂ ਤਾਂ ਇਹ ਵੀ ਮਹਿਸੂਸ ਕਰਦੀ ਆ ਕਿ ਬਈ ਬੱਚਿਆਂ ਦੇ ਵਿੱਚ ਜਿਹੜੇ ਸੰਸਕਾਰ ਨੇ ਅਸੀਂ ਕਹਿੰਦੇ ਆ ਨਾ ਭਈ ਸਾਡੀ ਡਿਊਟੀ ਵੀ ਹੈ 51 ਏ ਆਰਟੀਕਲ ਦੇ ਵਿੱਚ ਲਿਖੀ ਹੈ ਕਿ ਆਪਣੀ ਕਲਚਰ ਆਪਣੀ ਦੇਸ਼ ਦੀ ਜਿਹੜੀ ਸਾਡੀ ਪਰੰਪਰਾਵਾਂ ਉਹਨਾਂ ਦਾ ਅਸੀਂ ਸਤਿਮਾਨ ਕਰੀਏ ਔਰ ਇਹ ਸਿੱਖਿਆ ਜਿਹੜੀ ਹੈ ਪਹਿਲੀ ਸਿੱਖਿਆ ਉਹ ਮਾਂ ਹੀ ਦਿੰਦੀ ਘਰ ਦੇ ਅੰਦਰ ਕਲਚਰ ਕੀ ਹੈ ਸਾਡੀ ਵੱਡਿਆਂ ਦਾ ਸਤਿਮਾਨ ਕਰਨਾ ਕਹਿਣਾ ਮੰਨਣਾ ਸੱਚ ਬੋਲਣਾ ਅਤਿਥੀ ਕੋਈ ਘਰ ਦੇ ਵਿੱਚ ਆਵੇ ਉਹਦਾ ਸਤਿਕਾਰ ਕਰਨਾ ਇਹੀ ਸਾਡੀ ਕਲਚਰ ਹੈ ਔਰ ਇਹ ਕਲਚਰ ਮਾਂ ਹੀ ਤਾਂ ਸਖੰਦੀ ਹੈ ਜੇ ਮਾਂ ਬੱਚੇ ਨੂੰ ਸਹੀ ਸੇਧ ਦਊਗੀ ਸੱਚ ਬੋਲੇਗਾ ਔਰ ਆਏ ਗਏ ਦਾ ਸਤਿਕਾਰ ਕਰੇਗਾ ਆਪਣੇ ਦਾਦਾ ਦਦੀ ਨਾਨਾ ਨਾਨੀ ਪੈਰ ਛੂਏਗਾ ਸਾਡਾ ਇਹੀ ਸਾਡਾ ਇਹੀ ਕਲਚਰ ਹੈ ਯਾਨੀ ਕਿ ਮਾਂ ਜਿਹੜੀ ਹੈ ਉਹ ਕੇਵਲ ਘਰ ਨਹੀਂ ਚਲਾਉਂਦੀ ਉਹ ਬੱਚਿਆਂ ਨੂੰ ਸੇਧ ਦਿੰਦੀ ਬੱਚਿਆਂ ਦੀ ਟੀਚਰ ਹੈ ਔਰ ਮੈਂ ਤਾਂ ਇੱਥੇ ਤੱਕ ਵੀ ਮੰਦੀ ਆ ਕਿ ਭਾਈ ਜਿਹੜੀ ਸਿਟੀਜ਼ਨਸ਼ਿਪ ਹੈ ਨਾਗਰਿਕਤਾ ਦੀ ਜਿਹੜੀ ਸੀੜੀ ਹੈ ਜਾਂ ਨਾਗਰਿਕਤਾ ਦੇ ਜਿਹੜੇ ਅੱਛੇ ਗੁਣ ਨੇ ਉਹ ਮਾਂ ਹੀ ਪਾਉਂਦੀ ਹੈ ਬੱਚਿਆਂ ਦੇ ਵਿੱਚ ਦੇ ਕੋਈ ਕੱਚਾ ਨਾਗਰਿਕ ਹੈ ਕਿੱਦਾਂ ਬੰਦਾ ਹੈ ਦੇਸ਼ ਦਾ ਨਾਗਰਿਕ ਉਹਦੇ ਅੱਛੇ ਵਿਚਾਰ ਅੱਛੀ ਸੋਚ ਅੱਛਾ ਕਿਰਦਾਰ ਅੱਛਾ ਆਚਰਣ ਅੱਛਾ ਉਹਦਾ ਖਾਂ-ਪਾਨ ਉਹ ਸੇਧ ਕਿੱਥੋਂ ਮਿਲਦੀ ਹੈ ਘਰ ਚੋਂ ਮਿਲਦੀ ਹੈ ਔਰ ਘਰ ਚ ਸੇਧ ਦੇਣ ਵਾਲੇ ਦੋਵੇਂ ਮਾਤਾ-ਪਿਤਾ ਨੇ ਜਿੱਥੇ ਰੋਲ ਮਾਂ ਦਾ ਸਭ ਤੋਂ ਜ਼ਿਆਦਾ ਹੁੰਦਾ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ आ, मतलब ਕਿ ਵਿਚਰਦੀ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਨਿੱਕੀ ਐ ਨਿੱਕੀਆਂ ਗੱਲਾਂ ਤੋਂ ਹੀ ਸਿਖਾਣਾ ਹੁੰਦਾ ਹ ਹ ਕੋਈ ਆਪਣੇ ਆਚਰਣ ਦੇ ਨਾਲ ਵੀ ਮਾਸਖਾਂਦੀ ਹੈ ਬਿਲਕੁਲ ਅਗਰ ਜਿਹੜੀ ਲੜਕੀ ਹੈ ਉਹ ਸੇਧ ਜਿਹੜੀ ਮਾਂ ਤੋਂ ਕਿੱਦਾਂ ਲੈਂਦੀ ਹੈ ਵੀ ਜੇ ਮਾਂ ਖੁਸ਼ੀ-ਖੁਸ਼ੀ ਕਰਦਾ ਕੰਮ ਕਰਦੀ ਹੈ ਤੇ ਜਿਹੜੀ ਉਹਦੀ ਧੀ ਹੈ ਉਹਨੇ ਵੀ ਇਹੀ ਸਿੱਖਣਾ ਹ ਹ ਤੇ ਜੇ ਉਹ ਚਿੜਚਿੜ ਕਰਦੀ ਵੀ ਹਰ ਵੇਲੇ ਹੀ ਮਤਲਬ ਫਜ਼ੂਲ ਬੋਲਦੀ ਹੈ ਤਾਂ ਫਿਰ ਉਹ ਆਪਾਂ ਬੱਚਿਆਂ ਨੂੰ ਵੀ ਤਾਂ ਉਹੀ ਸਿੱਖਿਆ ਦੇ ਰਹੇ ਆਂ ਵੀ ਹਰ ਗੱਲ ਨੂੰ ਕਰੋ ਤੇ ਪਰ ਸੱਤ ਤਿਉੜੀਆਂ ਪਾ ਕੇ ਕਰੋ ਕੰਮ ਕਰੋ ਪਰ ਨਾਲ ਰੋਂਦੇ ਪਿੱਟਦੇ ਕਰੋ ਇਹ ਸੇਧ ਜਿਹੜੀ ਹੈ ਇਹ ਘਰ ਚੋਂ ਹੀ ਮਿਲਦੀ ਹੈ ਔਰ ਘਰ ਦੀ ਜਿਹੜੀ ਔਰਤ ਹੈ ਘਰ ਦਾ ਜਿਹੜਾ ਸੁਖਾਵਾਂ ਮਾਹੌਲ ਹੈ ਮੈਂ ਤਾਂ ਇਹ ਸਮਝਦੀ ਹਾਂ ਸਾਰਾ ਔਰਤ ਤੇ ਡਿਪੈਂਡ ਕਰਦਾ ਹੈ ਜੀ ਇਹ ਤਾਂ ਮਾਂ ਦੇ ਰੂਪ ਦੇ ਵਿੱਚ ਆਪਾਂ ਔਰ ਦੇਖੀ ਮਾਂ ਇੱਕ ਪਤਨੀ ਵੀ ਹੈ ਤੇ ਜੇ ਆਪਾਂ ਪਤਨੀ ਦੀ ਗੱਲ ਕਰੀਏ ਤੇ ਪਤਨੀ ਦਾ ਰੂਪ ਕਿਹੋ ਜਿਹਾ ਹੋਣਾ ਚਾਹੀਦਾ ਹੈ ਘਰ ਦੇ ਵਿੱਚ ਦੇਖੋ ਜੀ ਔਰਤ ਇੱਕ ਸਮੁੱਚਾ ਉਹਦਾ ਕਿਰਦਾਰ ਹੁੰਦਾ ਹੈ ਜੀ ਮੈਂ ਤਾਂ ਇੱਥੇ ਪਰਮਵੀਰ ਇਹ ਵੀ ਗੱਲ ਕਰਨਾ ਚਾਹੂੰਗੀ ਕਿ ਅੱਜ ਆਪਾਂ ਕੰਮਕਾਜ ਕਰਦੇ ਆਂ ਹੂੰ ਨੌਕਰੀਆਂ ਵੀ ਕਰਦੇ ਆਂ ਜੀ ਡਬਲ ਰੋਲ ਵੀ ਨਿਭਾ ਰਹੇ ਆਂ ਪਰ ਜਿੱਥੇ ਤੱਕ ਘਰ ਦਾ ਗੇਟ ਵੜ ਕੇ ਅੰਦਰ ਦਾ ਸਵਾਲ ਹੈ ਹੂੰ ਉੱਥੇ ਇੱਕ ਔਰਤ ਨਾ ਤਾਂ ਪ੍ਰਿੰਸੀਪਲ ਹੈ ਜੀ ਨਾ ਵਕੀਲ ਹੈ ਨਾ ਉਹ ਪ੍ਰੋਫੈਸਰ ਹੈ ਨਾਓ ਡਾਕਟਰ ਹੈ ਘਰ ਦੇ ਅੰਦਰ ਉਹ ਪਤਨੀ ਹੈ ਉਹ ਮਾਂ ਹੈ ਉਹ ਆਪਣੇ ਮਾਤਾ ਪਿਤਾ ਦੀ ਬਹੂ ਹੈ ਨੂੰ ਹੈ ਔਰ ਉਸ ਰੂਪ ਦੇ ਵਿੱਚ ਉਹਦਾ ਰੋਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਕਿਉਂਕਿ ਸਮਾਜ ਜਿਹੜਾ ਹੈ ਪਰਿਵਾਰਾਂ ਦਾ ਸਮੂਹ ਹੈ ਹੂੰ ਪਰਿਵਾਰਾਂ ਨੂੰ ਮਿਲਾ ਕੇ ਸਮਾਜ ਬੰਦਾ ਹੈ ਔਰ ਅਗਰ ਪਰਿਵਾਰ ਜਿਹੜਾ ਸੁਖੀ ਨਹੀਂ ਪਰਿਵਾਰ ਅਛੀਆਂ ਲੀਹਾਂ ਤੇ ਨਹੀਂ ਚੱਲ ਰਿਹਾ ਪਰਿਵਾਰ ਦੇ ਅੰਦਰ ਰਹਿਣ ਵਾਲੇ ਸਹੀ ਦਿਸ਼ਾ 'ਚ ਨਹੀਂ ਚੱਲ ਰਹੇ ਜਿਹੜੀ ਦਿਸ਼ਾ ਘਰ ਦੀ ਔਰਤ ਦਿੰਦੀ ਹੈ ਔਰ ਪਤਨੀ ਦੇ ਰੂਪ 'ਚ ਦਿੰਦੀ ਹੈ ਕਿ ਪਤਨੀ ਦੇ ਰੂਪ ਦੇ ਵਿੱਚ ਇਹ ਗੱਡੀ ਦੇ ਦੋ ਜੀਵਨ ਜਿਹੜਾ ਜੇ ਇਹਨੂੰ ਗੱਡੀ ਦੇ ਦੋ ਪਈਏ ਤੇ ਦੋ ਪਈਏ ਹੈ ਜੀ ਤੇ ਇੱਕ ਪਈਆ ਢਾਵਾਂ ਡੋਲ ਹੋਵੇ ਤੇ ਫਿਰ ਨਹੀਂ ਨਾ ਗੱਡੀ ਚੱਲੀ ਹੋ ਤਾਂ ਫਿਰ ਝੁਕੀ ਰਹੂਗੀ ਇੱਕ ਪਾਸੇ ਔਰ ਅੱਜ ਜਿਹੜੀ ਔਰਤ ਹੈ ਪਤਨੀ ਦੇ ਰੂਪ ਦੇ ਵਿੱਚ ਮੈਂ ਤਾਂ ਇਹ ਸਮਝਦੀ ਆ ਕਿ ਆਪਣੇ ਆਦਮੀ ਦੇ ਆਪਣੇ ਹਸਬੰਡ ਦੇ ਜਿਹੜਾ ਉਹਦੇ ਵਿੱਤੀ ਸੋਰਸਸ ਹੈ ਉਹਨੂੰ ਵੀ ਤਾਂ ਵੱਧ ਕਰ ਰਹੀ ਹੈ ਉਹਦੀ ਮਤਲਬ ਵਿੱਚ ਐਡੀਸ਼ਨ ਕਰ ਰਹੀ ਹੈ ਕਿ ਅੱਜ ਦੇਖੋ ਨਾ ਹੁਣ ਅਸੀਂ ਬੱਚੇ ਵੱਡੇ ਵੱਡੇ ਸਕੂਲਾਂ 'ਚ ਪੜਾਉਂਦੇ ਆ ਹੈ ਕਾਲਜਾਂ ਦੇ ਵਿੱਚ ਇੰਜੀਨੀਅਰਿੰਗ ਤੇ ਮੈਡੀਕਲ ਕਾਲਜਿਸ 'ਚ ਬੱਚੇ ਭੇਜਦੇ ਆ ਜਦੋਂ ਪਤਨੀ ਜਿਹੜੀ ਹੈ ਉਹਦੀ ਫਾਈਨੈਂਸ਼ੀਅਲ ਵੀ ਮਦਦਗਾਰ ਹੈ ਉਹ ਕਮਾ ਕੇ ਲਿਆਂਦੀ ਹੈ ਉਹਦੇ ਵਿੱਚ ਉਹਦੀ ਉਹਦੀ ਜਿਹੜੀ ਇਨਕਮ ਹੈ ਉਹਦੇ ਵਿੱਚ ਐਡ ਹੋ ਰਿਹਾ ਵੈ ਤੇ ਉਹ ਫਿਰ ਇਹ ਸੁਪਨੇ ਸੁਪਨੇ ਨਹੀਂ ਰਹਿ ਜਾਂਦੇ ਉਹ ਬੱਚੇ ਨੂੰ ਕਿਸੇ ਵੀ ਇੰਸਟੀਚਿਊਟ 'ਚ ਪੜਾ ਸਕਦੇ ਆ ਕਿਸੇ ਵੀ ਕਾਲਜ ਦੇ ਵਿੱਚ ਪਾਏ ਭੇਜ ਸਕਦੇ ਆ ਦੂਰ ਹੋਸਟਲਾਂ 'ਚ ਭੇਜ ਸਕਦੇ ਆ ਕਿਉਂਕਿ ਉਹ ਪੈਸੇ ਵੱਲ ਨਿਪੁੰਨ ਹੈਗੇ ਸੰਪੰਨ ਹੈਗੇ ਇਹ ਪਤਨੀ ਦਾ ਹੀ ਰੋਲ ਹੈ ਕਿ ਭਈ ਉਹ ਮੋਢੇ ਨਾ ਮੋਢਾ ਲਾ ਕੇ ਖੜੀ ਹੁੰਦੀ ਹੈ ਈਵਨ ਮੈਂ ਕਹਿੰਨੀ ਆ ਜਿਹੜੀ ਅਨਪੜ ਔਰਤ ਵੀ ਆ ਪੜ੍ਹੀ ਲਿਖੀ ਛੱਡੋ ਅਨਪੜ ਔਰਤ ਵੀ ਘਰ ਚ ਕੋਈ ਆ ਜਾਵੇ ਸੁੱਖ ਹੋਵੇ ਦੁੱਖ ਹੋਵੇ ਕੋਈ ਘਾਟਾ ਪੈ ਜਾਵੇ ਵਪਾਰ ਚ ਘਾਟਾ ਪੈ ਜਾਵੇ ਸਭ ਤੋਂ ਪਹਿਲੇ ਉਹ ਪਤੀ ਦੇ ਨਾਲ ਖੜੀ ਹੁੰਦੀ ਆ ਵੀ ਚਿੰਤਾ ਨਾ ਕਰੋ ਮੈਂ ਹੈਗੀ ਆ ਬਿਲਕੁਲ ਬਹੁਤ ਅੱਛੀ ਆ ਕੋਈ ਨਹੀਂ ਘਬਰਾਓ ਨਾ ਦਿਨ ਨਿਕਲ ਜਾਣਗੇ ਯਾਨੀ ਪਰਿਵਾਰ ਦੇ ਅਪਸ ਡਾਊਨਸ ਸਭ ਜਿਹੜਿਆ ਪਤਨੀ ਜਿਹੜੀ ਹੈ ਅਗਰ ਸਮਝਦਾਰ ਹੈ ਔਰ ਦੂਜੀ ਗੱਲ ਜਿਹੜੀ ਤੁਸੀਂ ਵੀ ਕਹੀ ਸੀ ਕਿ ਬਈ ਅਗਰ ਘਰ ਦੀ ਪਤਨੀ ਹਮ ਬਿਉਣ ਵੇਲੇ ਬੜੀ ਲਿਖੀ ਲਈ ਹੈ ਜੀ ਤਾਂ ਫਿਰ ਕਹਿੰਦੇ ਆ ਕਿ ਇੱਕ ਆਦਮੀ ਪੜਦਾ ਨਾ ਤਾਂ ਕੇਵਲ ਇੱਕ ਮਨੁੱਖਿ ਪੜਦਾ ਹੈ ਹਿਊਮਨ ਬੀਇੰਗ ਪੜਦਾ ਹੈ ਔਰ ਇੱਕ ਪੜੀ ਲਿਖੀ ਅਗਰ ਅਸੀਂ ਔਰਤ ਲੈ ਕੇ ਆਨੇ ਆ ਉਹ ਪਤਨੀ ਦੇ ਰੂਪ ਦੇ ਵਿੱਚ ਘਰ ਨੂੰ ਸਵਾਰੇਗੀ ਵੀ ਜੀ ਔਰ ਆਪਣੇ ਬੱਚਿਆਂ ਨੂੰ ਵੀ ਪੜ੍ਹਾਏਗੀ ਕਿਉਂਕਿ ਇੱਕ ਪੜ੍ਹੀ ਲਿਖੀ ਪਤਨੀ ਜਦੋਂ ਹੁੰਦੀ ਆ ਉਹਦੇ ਨਾਲ ਪੂਰਾ ਪਰਿਵਾਰ ਪੜਦਾ ਹੈ ਪੜਦਾ ਕਿਉਂਕਿ ਉਹ ਪਰਿਵਾਰ ਨੂੰ ਸੇਧ ਸਿੱਖਿਆ ਦੀ ਸੇਧ ਦਿੰਦੀ ਹੈ ਸਿੱਖਿਆ ਦੀ ਰੌਸ਼ਨੀ ਉਸ ਘਰ 'ਚ ਹੁੰਦੀ ਹੈ ਯਾਨੀ ਕਿ ਪਤਨੀ ਦੇ ਰੂਪ ਦੇ ਵਿੱਚ ਔਰਤ ਦਾ ਘਰ ਨੂੰ ਚਲਾਉਣ ਦੇ ਵਿੱਚ ਘਰ ਘਰ ਨੂੰ ਬਣਾਉਣ ਦੇ ਵਿੱਚ ਘਰ ਦੀ ਸੁਖ ਸ਼ਾਂਤੀ ਦੇ ਵਿੱਚ ਪਤਨੀ ਦਾ ਰੋਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੀ ਕਿਉਂਕਿ ਦੇਖੋ ਅ ਮੈਂ ਤੇ ਨਹੀਂ ਕਹਿੰਦੀ ਕਿ ਮੇਲ ਕੋਈ ਜਿਆਦਾ ਤਾਂ ਵੀ ਮੇਲ ਜਿਆਦਾ ਇਹ ਗੱਲ ਕੋ ਤਖੜੀ ਤੇ ਤੋਲਣ ਵਾਲੀ ਨਹੀਂ ਹੁੰਦੀ ਗੱਲ ਇਹ ਹੁੰਦੀ ਹੈ ਕਿ ਬਈ ਕਿਸੇ ਵੇਲੇ ਵੀ ਘਰ ਚ ਕੋਈ ਉੱਚੀ ਨਿਵੀ ਹੋ ਗਈ ਕੋਈ ਦੇਖੋ ਜੀ ਸਾਰੇ ਅੰਨ ਖਾਂਦੇ ਆ ਗੁੱਸਾ ਕਿਸੇ ਨੂੰ ਵੀ ਚੜ ਗਿਆ ਔਰ ਉਸ ਵੇਲੇ ਅਗਰ ਪਤਨੀ ਗੁੱਸੇ ਦੇ ਵੇਲੇ ਥੋੜਾ ਜਿਹਾ ਸ਼ੀਲ ਸ਼ਾਂਤ ਔਰ ਸਹਿਨਸ਼ੀਲ ਬਣ ਜਾਵੇ ਤੇ ਘਰ ਸੁਖੀ ਹੈ ਤੇ ਜੇ ਪਤਨੀ ਜਿਹੜੀ ਹੈ ਉਹ ਕਵੇ ਬਈ ਤੇਰੇ ਨਾਲੋਂ ਵੀ ਚਾਰ ਕਦਮ ਅੱਗੇ ਤਾਂ ਫਿਰ ਆਪੇ ਘਰ ਲੜਾਈ ਦਾ ਖਾੜਾ ਬਣਿਆ ਬਿਲਕੁਲ ਸਹੀ ਹੈ ਤੇ ਪਤਨੀ ਜਿਹੜੀ ਹੈ ਅੱਜ ਘਰੋਂ ਬਾਹਰ ਵੀ ਨਿਕਲਦੀ ਹੈ ਉਸ ਜਿੱਦਾਂ ਤੁਸੀਂ ਦੱਸਿਆ ਕਾਮਕਾਜੀ ਔਰਤ ਵੀ ਹੈ ਕਾਮਕਾਜੀ ਔਰਤ ਹੋਣ ਦੇ ਨਾਲ ਉਹਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਪੈਂਦਾ ਬਿਲਕੁਲ ਪੈਂਦਾ ਦੇਖੋ ਉਹਨੇ ਡਬਲ ਰੋਲ ਹੈ ਡਬਲ ਰੋਲ ਦੇ ਵਿੱਚ ਉਹਨੇ ਘਰੋਂ ਵੀ ਕੰਮ ਕਰਕੇ ਜਾਣਾ ਇੱਥੇ ਮੈਂ ਥੋੜਾ ਜਿਹਾ ਆਪਣੇ ਜਿਹੜੇ ਮੇਰੇ ਮਤਲਬ ਕਿ بیٹے ਨੇ ਜਾਂ ਮੇਰੇ ਬਰਾਬਰ ਦੇ ਭਰਾ ਨੇ ਮੈਂ ਉਹਨਾਂ ਨੂੰ ਇਹ ਪੂਰਾ ਨਿਵੇਦਨ ਕਰਨਾ ਚਾਹੂੰਗੀ ਕਿ ਅੱਜ ਜੇ ਆਪਾਂ ਔਰਤੋਂ ਆਸ਼ਾ ਕਰਦੇ ਆ ਕਿ ਉਹ ਬਾਹਰ ਵੀ ਪੂਰੀ ਸਫਲ ਹੋਵੇ ਪੂਰਾ ਕੰਮ ਕਾਜ ਕਰੇ ਕਮਾ ਕੇ ਵੀ ਲਿਆਵੇ ਹੈ ਤੇ ਥੋੜੀ ਜਿਹੀ ਮੂੰਹ ਤੇ ਵੀ ਮੁਸਕਰਾਹਟ ਰੱਖੇ ਹੈ ਤੇ ਹਮੇਸ਼ਾ ਖਿੜਿ-ਖਿੜੀ ਵੀ ਰਹੇ ਤਾਂ ਫਿਰ ਥੋੜਾ ਜਿਹਾ ਸਮਾਜ ਵੱਲੋਂ ਪਰਿਵਾਰ ਵੱਲੋਂ ਪਤੀ ਵੱਲੋਂ ਔਰ ਕਰਦੇ ਜਿਹੜੇ ਸੱਸ ਸਸੂਰ ਆ ਉਹਨਾਂ ਵੱਲੋਂ ਸਹਿਯੋਗ ਮਿਲਣਾ ਵੀ ਜ਼ਰੂਰੀ ਹੈ ਜੀ ਦੇਖੋ ਅਸੀਂ ਅੱਜ ਇੰਨੀ ਤਰੱਕੀ ਕੀਤੀ ਹੈ ਤੇ ਮੈਂ ਸਮਝਦੀ ਆ ਇਕੱਲੇ ਨਹੀਂ ਕੀਤੀ ਜੇ ਪਤੀ ਦਾ ਸਹਿਯੋਗ ਨਾ ਹੁੰਦਾ ਤੇ ਜੇ ਘਰ ਚ ਬੈਠੇ ਮਾਪੇ ਦਾ ਸਹਿਯੋਗ ਨਾ ਹੁੰਦਾ ਤੇ ਭਈ ਮਾਪੇ ਘਰ ਚ ਬੈਠੇ ਨੇ ਸੱਤ ਸਸਰ ਘਰ ਚ ਜਿਹੜੇ ਬੈਠੇ ਨੇ ਉਹਨਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਤੇ ਅਸੀਂ ਕਿਤੇ ਦੇ ਕਿਤੇ ਪਹੁੰਚੇ ਆ ਹੈਨਾ ਤਰੱਕੀ ਛੂਹ ਲੈਂਦੀ ਔਰਤ ਸੋ ਇਸ ਲਈ ਪਤਨੀ ਦੇ ਰੂਪ ਚ ਜਿੱਥੇ ਉਹ ਘਰ ਦਾ ਸਹਿਯੋਗ ਕਰਦੀ ਹੈ ਘਰ ਦੀ ਵਿੱਤੀ ਸਥਿਤੀ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੀ ਹੈ ਉੱਥੇ ਉਹਨੂੰ ਵੀ ਥੋੜੀ ਜੀ ਲੋੜ ਹੁੰਦੀ ਹੈ ਕਿ ਪਰਿਵਾਰ ਵੀ ਉਹਨੂੰ ਸਹਿਯੋਗ ਕਰੇ ਜੀ ਤੁਸੀਂ ਇੱਕ ਐਕਟ ਦੀ ਗੱਲ ਕੀਤੀ ਸੀ ਸੈਕਸ਼ੂਅਲ ਹਰਾਸਮੈਂਟ ਦੀ ਕਿ ਜਦੋਂ ਉਹ ਕੰਮ ਤੋਂ ਘਰੋਂ ਬਾਹਰ ਜਾਂਦੀ ਹੈ ਕੰਮ ਤੋਂ ਉੱਥੇ ਉਹਨੂੰ ਇਸ ਚੀਜ਼ ਦਾ ਵੀ ਸਾਹਮਣਾ ਕਰਨਾ ਪੈਂਦਾ ਉਸ ਵੇਲੇ ਔਰਤ ਦੀ ਸਥਿਤੀ ਕਿਹੋ ਜੀ ਹੁੰਦੀ ਹੈ ਦੇਖੋ ਜੀ ਕੰਮ ਕਾਜ ਦੇ ਖੇਤਰ ਦੇ ਵਿੱਚ ਅੱਜ ਔਰਤਾਂ ਕਿਤੇ 40% ਨੇ ਕਿਤੇ 50% ਨੇ ਕਿਤੇ ਇਵਨ 60% ਨੇ ਦਫ਼ਤਰਾਂ ਦੇ ਅੰਦਰ ਜੀ ਜਦੋਂ ਅਸੀਂ ਮੇਲ ਮੈਂਬਰਸ ਦੇ ਨਾਲ ਯਾਨੀ ਪੁਰਸ਼ਾਂ ਦੇ ਨਾਲ ਕੰਮ ਕਰਦੇ ਹਾਂ ਤਾਂ ਉੱਥੇ ਥੋੜਾ ਜਿਹਾ ਮਾਹੌਲ ਨੂੰ ਸੁਧਾਰਨ ਦੀ ਲੋੜ ਹੁੰਦੀ ਹੈ ਜੀ ਕਿਉਂਕਿ ਕੋ ਜਿਹੜੇ ਸਾਡੇ ਕੁਲੀਗ ਨੇ ਕੋਈ ਸ਼ਹਿਰ ਚ ਪਲਿਆ ਕੋਈ ਪਿੰਡ ਚ ਪਲਿਆ ਕੋਈ ਕਿਸੇ ਮਾਹੌਲ ਚ ਪੜਿਆ ਕੋਈ ਕਿਸੇ ਮਾਹੌਲ ਚ ਪਲਿਆ ਹਮ ਕਈਆਂ ਨੂੰ ਗਾਲ ਕੱਢ ਕੇ ਗੱਲ ਕਰਨ ਦੀ ਆਦਤ ਹੈ ਜੀ ਹਰ ਗੱਲ ਦੇ ਵਿੱਚ ਗਾਲ ਕੱਢਦੇ ਹਨ ਉਹਨਾਂ ਨੇ ਕੋਈ ਨਾ ਕੋਈ ਗਾਲ ਹੀ ਦੇਣੀ ਹੈ ਜੀ ਔਰ ਜਦੋਂ ਤੁਹਾਡੇ ਨਾਲ ਜਾਨੀ ਕਿ ਦਫ਼ਤਰ ਦੇ ਅੰਦਰ ਔਰਤਾਂ ਵੀ ਕੰਮ ਕਰ ਰਹੀਆਂ ਸੇਮ ਆਫਿਸ ਹੈ ਹੁਣ ਸੁਪਰਡੈਂਟ ਵੀ ਬੈਠਾ ਹੈ ਕਲਰਕ ਵੀ ਬੈਠੇ ਆ ਆਈ ਮੀਨ ਉਹਦੇ ਵਿੱਚ ਲੇਡੀਜ਼ ਵੀ ਬੈਠੀਆਂ ਹੋਈਆਂ ਤੇ ਉਸ ਵੇਲੇ ਇੱਕ ਤਾਂ ਮਾਹੌਲ ਨੂੰ ਸਹੀ ਰੱਖਣ ਵਾਸਤੇ ਗਾਲੀ ਦਾ ਪ੍ਰਯੋਗ ਨਹੀਂ ਹੋਣਾ ਚਾਹੀਦਾ ਜੀ ਔਰ ਇਹ ਜਿਹੜਾ ਕਾਨੂੰਨ ਹੈ ਇਹ ਜਿਹੜਾ ਸੈਕਸ਼ੂਅਲ ਹਰਾਸਮੈਂਟ ਐਟ ਦ ਵਰਕਪਲੇਸ ਪ੍ਰੀਵੈਂਸ਼ਨ ਪ੍ਰੋਹੀਬਿਸ਼ਨ ਰਿਡਰੈਸਲ 2013 ਚ ਪਾਸ ਹੋਇਆ ਬੜੀ ਜੱਦੋਜਹਿਦ ਦੇ ਬਾਅਦ ਪਾਸ ਹੋਇਆ ਯਾਨੀ ਕਿ ਬੜੀਆਂ ਸ਼ਿਕਾਇਤਾਂ ਇਹ ਜਿਹੜੀ ਸਾਡੀ ਔਮਨ ਏਮਪਾਇਰਮੈਂਟ ਕਮੇਟੀ ਹੈ ਦਿੱਲੀ ਦੇ ਵਿੱਚ ਉਹਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਗਈਆਂ ਸੀ ਦਫ਼ਤਰਾਂ ਦੇ ਵਿੱਚੋਂ ਕਿ ਸਾਡੀ ਪ੍ਰੈਜ਼ੈਂਸ ਦੇ ਵਿੱਚ ਮਤਲਬ ਗਲਤ ਹਰਕਤਾਂ ਹੁੰਦੀਆਂ ਦੇਖੋ ਜੀ ਦੇਖੋ ਬੇਟਾ ਜਿਹੜੀ ਹਰਾਸਮੈਂਟ ਸੈਕਸ਼ੂਅਲ ਹਰਾਸਮੈਂਟ ਇਹ ਕੇਵਲ ਉਹ ਅਖੀਰਲਾ ਹੀ ਨਹੀਂ ਹੈ ਨਾ ਮੇਰਾ ਸੈਕਸ਼ੂਅਲ ਹੈ ਹਰਾਸਮੈਂਟ ਲਫ਼ਜ਼ਾਂ ਨਾਲ ਵੀ ਹੁੰਦੀ ਹੈ ਹਮ ਹਰਾਸਮੈਂਟ ਜੇ ਤੁਸੀਂ ए, मतलब लड़की ਤੁਹਾਡੇ ਨਾਲ ਕੰਮ ਕਰ ਰਹੀ ਹੈ লেਡੀ ਤੁਹਾਡੇ ਨਾਲ ਕੰਮ ਕਰ ਰਹੀ ਹੈ ਉਹ ਜਨਨੀਆਂ ਛੱਡੋ ਜੀ ਇਹਨਾਂ ਨੂੰ ਕੀ ਆਂਦਾ ਹੂੰ ਜੀ ਹੈ ਇਹਨਾਂ ਨੇ ਕੀ ਕਰਨਾ ਹੈ ਹੂੰ ਇਹ ਨਹੀਂ ਕੰਮ ਕਰਨ ਚੋਕੀਆਂ ਮਾਂ ਚ ਸੋਚ ਮੈਂ ਇਦਾਂ ਉਹਨਾਂ ਦੀ ਮਾਨਸਿਕਤਾ ਤੇ ਝੋਟ ਕਰਨੀ ਜੀ ਔਰ ਹਰ ਵੇਲੇ ਉਹਨਾਂ ਨੂੰ ਨੀਚਾ ਦਿਖਾਣਾ ਹੂੰ ਇਹ ਵੀ ਸੈਕਸ਼ੂਅਲ ਹਰੈਸਮੈਂਟ ਦਾ ਪਾਰਟ ਹੈ ਜੀ ਯਾਨੀ ਸੈਕਸ ਬੇਸਡ ਕਮੈਂਟ ਦੇਣਾ ਹੂੰ ਹੈ ਫਿਰ ਕਈ ਅੱਖਾਂ ਨਾਲ ਇਦਾਂ ਦੇ ਇਸ਼ਾਰੇ ਕਰਦੇ ਆ ਕਈ ਗੱਲਾਂ ਨਾਲ ਇਦਾਂ ਦੇ ਇਸ਼ਾਰੇ ਕਰਦੇ ਆ ਹੱਥਾਂ ਨਾਲ ਹੁਣ ਮੈਂ ਮਤਲਬ ਦੂਰਦਰਸ਼ਨ ਤੇ ਬੈਠੀ ਆ ਜਿੰਨੂੰ ਮੈਂ ਖੋਲ ਕੇ ਨਹੀਂ ਦੱਸ ਸਕਦੀ ਮੇਰੇ ਕੋਲ ਐਕਸਪੀਰੀਅੰਸ ਔਰ ਮੈਂ ਖੁਦ ਸੈਕਸ਼ੂਅਲ ਹਰਾਸਮੈਂਟ ਕਮੇਟੀ ਦੀ ਮੈਂਬਰ ਰਹੀ ਇਸ ਕਰਕੇ ਕਾਨੂੰਨ ਸਾਨੂੰ ਬਣਾਉਣਾ ਪਿਆ ਕਿ ਬਈ ਕੰਮਕਾਜੀ ਖੇਤਰ ਦੇ ਵਿੱਚ ਜਦੋਂ ਪੁਰਸ਼ ਔਰ ਔਰਤ ਰਲ ਕੇ ਕੰਮ ਕਰਦੇ ਆ ਔਰ ਇੱਕ ਟੀਮ ਦੇ ਪਾਰਟ ਆ ਉੱਥੇ ਪੁਰਸ਼ਾਂ ਦਾ ਥੋੜਾ ਜਿਹਾ ਇੱਕ ਉਹਨਾਂ ਦੀ ਮਤਲਬ ਡਿਊਟੀ ਬਣ ਜਾਂਦੀ ਹੈ ਕਿ ਭਈ ਬੋਲਣ ਵੇਲੇ ਅ ਹਰਕਤਾਂ ਕਰਨ ਵੇਲੇ ਕੋਈ ਐਸੀਆਂ ਹੱਥਾਂ ਨਾਲ ਅੱਖਾਂ ਨਾਲ ਗੱਲਾਂ ਨਾਲ ਐਸ तरह ਦੇ ਇਸ਼ਾਰੇ ਨਾ ਕੀਤੇ ਜਾਣ ਜਿਹੜੇ ਕਿ ਉਹ ਅੰਬੈਰੈਸ ਫੀਲ ਕਰਨ ਔਰ ਕਿਉਂਕਿ ਸਾਡੇ ਕੋਲ ਇਦਾਂ ਦੇ ਕੇਸ ਆਏ ਮੈਂ ਯੂਨੀਵਰਸਿਟੀ ਦੀ ਹਰਾਸਮੈਂਟ ਕਮੇਟੀ ਦੀ ਮੈਂਬਰ ਸੀਗੀ ਤੇ ਭਈ ਮੂੰਹ ਨਾਲ ਕੁਛ ਨਹੀਂ ਹੈ ਹੱਥਾਂ ਨਾਲ ਜੀ ਜਾਂ ਅੱਖਾਂ ਨਾਲ ਇਦਾਂ ਦੀ ਹਰਕਤਾਂ ਵਾਂ ਪਈ ਉਹ ਕਹਿੰਦੀ ਕਿ ਮੈਨੂੰ ਭਾਵੇਂ ਤੁਸੀਂ ਜਿੱਥੇ ਮਰਜੀ ਟਰਾਂਸਫਰ ਕਰ ਦਿਓ ਮੈਂ ਇਸ ਦਫਤਰ 'ਚ ਇਨੀਸ਼ੀਅਲ ਜੌਬ ਕਰਨੀ ਯਾਨੀ ਕਿ ਐਸਾ ਵਾਤਾਵਰਣ ਹੀ ਕ੍ਰੀਏਟ ਕਰ ਦੇਣਾ ਕਿ ਜਿਸ ਔਰਤ ਨੂੰ ਐਮਬੈਰੈਸਮੈਂਟ ਹੋਵੇ ਕਿ ਉਹਨੂੰ ਐਦਾਂ ਲੱਗਦਾ ਵਾ ਵੀ ਮੈਂ ਕਿੱਥੇ ਫਸ ਗਈ ਕਿ ਇਹ ਮਾਹੌਲ ਜਿਹੜਾ ਆ ਹਰ ਵੇਲੇ ਇਹ ਅਹਿਸਾਸ ਕਰਾਣਾ ਵੀ ਤੂੰ ਲੇਡੀ ਆ ਉਹ ਔਰਤ ਹੈ ਔਰ ਔਰਤ ਜਿਹੜੀ ਹੈ ਮਤਲਬ ਉਹ ਸਿਰਫ ਸ਼ਿੰਗਾਰ ਦਾ ਸਮਾਨ ਹੈ ਜਾਂ ਮਤਲਬ ਉਹਨੂੰ ਇਦਾਂ ਦੇਖੋ ਇਸ ਤਰੀਕੇ ਨਾਲ ਦੇਖੋ ਗਲਤ ਨਜ਼ਰਾਂ ਨਾਲ ਦੇਖੋ ਉਹ ਫਿਰ ਉਹਦੇ ਵਾਸਤੇ ਐਮਬੈਰਸਮੈਂਟ ਦਾ ਵਿਸ਼ੇ ਹੈ ਜਿਸ ਕਰਕੇ ਇਹ ਕਾਨੂੰਨ ਸਾਡਾ ਉਲੀਕਿਆ ਗਿਆ ਔਰ ਇਹਦੇ ਵਿੱਚ ਉਹਨਾਂ ਨੇ ਸਾਰਾ ਖੋਲ ਕੇ ਲਿਖਿਆ ਹੋਇਆ ਕਿ ਭਈ ਜੇ ਮਤਲਬ ਵਰਡਸ ਦੀ ਵੀ ਨਹੀਂ ਹੋਵੇ ਵਰਡਸ ਦੀ ਐਕਸ਼ਨਸ ਦੀ ਔਰ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੈਕਸ਼ੂਅਲ ਹਰਾਸਮੈਂਟ ਹੈ ਉਹਦੇ ਵਿੱਚ ਨਾਲ ਉਹਨਾਂ ਨੇ ਪਨਿਸ਼ਮੈਂਟ ਵੀ ਪੂਰੀ ਦਿੱਤੀ ਹੈ ਕਿ ਵੀ ਪਨਿਸ਼ਮੈਂਟ ਤੁਸੀਂ ਸਸਪੈਂਡ ਹੋ ਸਕਦੇ ਹੋ ਟਰਮੀਨੇਟ ਵੀ ਹੋ ਸਕਦੇ ਹੋ ਤੁਹਾਨੂੰ ਜੇ ਕਿਤੇ ਲੇਡੀ ਨੂੰ ਜ਼ਿਆਦਾ ਉਹਦੀ ਕੰਪਲੇਂਟ ਆ ਗਈ ਤਾਂ ਕਿਤੇ ਤੁਹਾਨੂੰ ਕੰਪਨਸੇਸ਼ਨ ਵੀ ਦੇਣੀ ਪੈਗੀ ਯਾਨੀ ਕਿ ਇੱਕ ਕਾਨੂੰਨ ਕੰਮ ਕਰਦੀ ਔਰਤਾਂ ਨੂੰ ਵਰਕਪਲੇਸ ਦੇ ਉੱਤੇ ਸੇਫਟੀ ਦੇਣ ਵਾਸਤੇ ਸੁਰੱਖਿਆ ਦੇਣ ਵਾਸਤੇ ਅੱਛਾ ਮਾਹੌਲ ਦੇਣ ਵਾਸਤੇ ਔਰ ਤਾਂਕਿ ਉਹ ਕੰਮ ਕਾਜ ਖੇਤਰ ਦੇ ਵਿੱਚ ਡਰ ਕੇ ਨਾ ਜਾਣ ਹਮ ਔਰ ਆਪਣਾ ਪੂਰੀ ਜੋਸ਼ ਉਹਨਾ ਕੰਮ ਕਰਨ ਸੇਫ ਮਹਿਸੂਸ ਕਰਨ ਇਸ ਲਈ ਕਾਨੂੰਨ ਨੂੰ ਲਿਖਿਆ ਗਿਆ ਜੀ ਔਰ ਵੈਸੇ ਵੀ ਕਿਹਾ ਜਾਂਦਾ ਹੈ ਕਿ ਸਮਾਜ ਦੀਆਂ ਜਿੰਨੀਆਂ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਇੱਕ ਜਿਹੜੀ ਔਰਤ ਹੈ ਜਿਉ ਉਹ ਆਪਣਾ ਯੋਗਦਾਨ ਦੇਵੇ ਤੇ ਸਾਰੀਆਂ ਬੁਰਾਈਆਂ ਦੂਰ ਹੋ ਸਕਦੀਆਂ ਔਰ ਨਾਲ ਦੀ ਨਾਲ ਔਰਤ ਦੇ ਰੁਤਬੇ ਦੇ ਵਿੱਚ ਹੋਰ ਪਰਿਵਰਤਨ ਲਿਆਉਣ ਵਾਸਤੇ ਮਾਪੇ ਦਾ ਅਧਿਆਪਕ ਦਾ ਤੇ ਇਸ ਸਮਾਜ ਦਾ ਕੀ ਰੋਲ ਹੈ ਦੇਖੋ ਜੀ ਪਰਮਵੀਰ ਮੈਂ ਇਹ ਸਮਝਦੀ ਹਾਂ ਕਿ ਬਈ ਜਿਹੜੀਆਂ ਸਮਾਜਿਕ ਬੁਰਾਈਆਂ ਜੀ ਜਿਵੇਂ ਤੇ ਹੀਜ ਲੈਣਾ ਜਿਵੇਂ ਬਰੂਨ ਹੱਤਿਆ ਵੈ ਯਾਨੀ ਤੁਸੀਂ ਮੈਂ ਕਈ ਵਾਰੀ ਮਹਿਸੂਸ ਕਰਦੀ ਹੁੰਨੀ ਆ ਵੀ ਆਪਾਂ ਕਾਨੂੰਨ ਤਾਂ ਬਣਾਤਾ ਡੋਰੀ ਪ੍ਰਹਿਬਿਸ਼ਨ ਐਕਟ 1961 ਜੀ ਹੈ ਸਾਡੇ ਪੰਜਾਬ ਸਰਕਾਰ ਦਾ ਵੀ ਬਣਿਆ ਹੋਇਆ ਡੋਰੀ ਨੂੰ ਡੋਰੀ ਨਿਸ਼ੇਧ ਹੈ ਜਿਹਦੇ ਵਿੱਚ ਅਸੀਂ ਇਹ ਵੀ ਲਿਖਿਆ ਵੀ ਗਿਫਟ ਦੇ ਰੂਪ ਚ ਕਿੰਨੇ ਦੇਨੇ ਤੇ ਸਬਜ਼ੀਆਂ ਕਿੰਨੀਆਂ ਮਤਲਬ ਬਾਬਾ ਡਿਟੇਲ ਚ ਲਿਖਿਆ ਦਾ ਲੇਕਿਨ ਜੇਕਰ ਘਰ ਦੀ ਔਰਤ ਇੱਕ ਵਾਰੀ ਇਹ ਨਿਸ਼ਚੈ ਕਰ ਲਵੇ ਵੀ ਮੈਂ ਪੁੱਤ ਵਿਆਂ ਨਾ ਮੈਂ ਕੁਝ ਨਹੀਂ ਲੈਣਾ ਜੀ ਲੜਕੀ ਆਏਗੀ ਸਮਾਨ ਨਾ ਲਾਏਗੀ ਮੈਂ ਇੱਜ਼ਤ ਦੇਾਂ ਕਿ ਮੇਰੇ ਘਰ ਚ ਕੀ ਨਹੀਂ ਹੈਗਾ ਮੈਂ ਕੋਈ ਦੇਹੇਜ ਨਹੀਂ ਲੈਣਾ ਤੇ ਕਾਨੂੰਨ ਦੀ ਲੋੜ ਰਹਿ ਜਾਣੀ ਬਿਲਕੁਲ ਨਹੀਂ ਠੀਕ ਹੈ ਜੇ ਔਰਤ ਇਹ ਨਿਸ਼ਚੈ ਕਰ ਲਵੇ ਕਿ ਕੁੜੀ ਹੋਵੇ ਮੁੰਡਾ ਹੋਵੇ ਮੇਰੀ ਕੁੱਖ ਚ ਜੋ ਵੀ ਹੈ ਮੈਂ ਨਹੀਂ ਮਾਰਨਾ ਹੂੰ ਕਾਨੂੰਨ ਦੀ ਲੋੜ ਰਹਿ ਜਾਣੀ ਯਾਨੀ ਕਿ ਜੇ ਔਰਤ ਕਿਤੇ बन जाए ना शेर ਤੇ ਬਾਹਰ ਆ ਜਵੇ ਭਈ ਮੈਂ ਇਹ ਕੰਮ ਨਹੀਂ ਹੁੰਦਾ ਇਹਨਾ ਤਾਂ ਨਹੀਂ ਕਰਨਾ ਤੇ ਕੀ ਮਜਾਲਾ ਵੈਸੇ ਤਾਂ ਮੈਂ ਘਰ ਆਪਾਂ ਵੀ ਕਰਾਂ ਚ ਹੀ ਰਹਿਨੇ ਆ ਜਦੋਂ ਵੀ ਦਹੇਜ ਦੀ ਵੀ ਮਾੜੀ ਮੋਟੀ ਜੜੀ ਤਾਂ ਠਾਂ ਠਾਂ ਗੱਲ ਹੁੰਦੀ ਐ ਭਈ ਤੇ ਮਾਪਿਆਂ ਨੇ ਘੱਟ ਦਿੱਤਾ ਕਿ ਵੱਧ ਦਿੱਤਾ ਆ ਦਿੱਤਾ ਤੇ ਆ ਨਹੀਂ ਦਿੱਤਾ ਇਹ ਗੱਲ ਕਦੀ ਕਿਸੇ ਬੰਦੇ ਨੇ ਥੋੜੀ ਚੁੱਕੀ ਐ ਜੀ ਉਸ ਹੱਸ ਚੁੱਕੇ ਜਾਂ ਨੰਨ ਚੁੱਕੇ ਔਰਤ ਹੀ ਚੁੱਕਦੀ ਹੈ ਤੇ ਜੇ ਔਰਤ ਹੀ ਕਰਦੀ ਹੈ ਕਹਿ ਦੇਵੇ ਕਿ ਭਈ ਅਸੀਂ ਲੈਣਾ ਹੀ ਨਹੀਂ ਹੂੰ ਤੇ ਬੈਥੇ ਸਮਝਦੀਆਂ ਕੁਰੀਤੀਆਂ ਆਪੇ ਹੀ ਦੂਰ ਹੋ ਗਈਆਂ ਔਰ ਇਹ ਜਿਹੜੀ ਭਾਵਨਾ ਵੈ ਜਿਵੇਂ ਤੁਸੀਂ ਕਿਹਾ ਇਹ ਬਚਪਨ ਤੋਂ ਔਰਤ ਨੂੰ ਅਗਰ ਇਦਾਂ ਦੀ ਸਿੱਖਿਆ ਦਿੱਤੀ ਜਾਵੇ ਘਰ ਦੇ ਅੰਦਰ ਹੂੰ ਕਿ ਤੂੰ ਕੋਈ ਖਰੀਦ ਵੇਚਦੀ ਚੀਜ਼ ਨਹੀਂ ਹੈਗੀ ਬਤਨ ਦੇ ਦੇ ਕੇ ਬਿਆਣਾ ਹੂੰ ਹੈਨਾ ਤੈਨੂੰ ਦਹੇਜ ਦੇਵਾਂਗੇ ਸਿੱਖਿਆ ਦਾ ਜੀ ਤੈਨੂੰ ਪੜ੍ਹਾਈ ਦਾ ਤੈਨੂੰ ਡਿਗਰੀ ਦਾ ਦੇਵਾਂਗੇ ਔਰ ਤੈਨੂੰ ਅੱਛੀ ਜੌਬ ਦੇ ਉੱਤੇ ਤੂੰ ਲੱਗੇਂਗੀ ਕੰਮ ਕਾਜ ਕਰੇਂਗੀ ਆਪਣਾ ਕਮਾਵੇਂਗੀ ਤੇ ਦਹੇਜ ਦੀ ਲੋੜ ਹੀ ਕੋਈ ਨਹੀਂਗੀ ਔਰ ਇਹ ਮਾਨਸਿਕਤਾ ਉਹਦੀ ਘਰ ਦੇ ਅੰਦਰ ਮਾਪੇ ਨੇ ਪਹਿਲੇ ਕਰਨੀ ਹੈ ਵੀ ਜੇ ਮਾਂ 24 ਘੰਟੇ ਘਈ ਜਾਵੇ ਨਹੀਂ ਕੁੜੀ ਉੱਠ ਕੇ ਕੰਮ ਕਰ ਉਹ ਬਲੇ ਘਰ ਜਾਣਾ ਜੀ ਉਹ ਤਾਂ 24 ਘੰਟੇ ਇਸੇ ਗੱਲ ਦੀ ਸ਼ਿਕਾਇਤ ਲਾਉਗੀ ਵੀ ਮੈਂ ਪਤਾ ਨਹੀਂ ਕਿੱਥੇ ਜਾਣਾ ਮੇਰਾ ਕੋਈ ਘਰ ਹੀ ਨਹੀਂ ਆਈ ਮੀਨ ਕੇ ਮਾਪੇ টিচার ਆਪਾਂ ਸਕੂਲਾਂ ਦੇ ਅੰਦਰ ਕਾਲਜਾਂ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਬੱਚੀਆਂ ਨੂੰ ਦੇਣਾ ਚਾਹੀਦਾ ਵੈ ਕਿ ਉਹ ਜਿਹੜੀ ਔਰਤ ਮਰਦ ਨਹੀਂ ਮਨੁੱਖ ਹੈ ਹਮ ਇਨਸਾਨ ਹੈ ਹਿਊਮਨ ਬੀਂਗ ਐਂਡ ਬੀ ਬੀਇੰਗ ਅ ਹਿਊਮਨ ਬੀਂਗ ਸ਼ੀ ਸ਼ੁੱਡ ਗੈਟ 올 ਦਾ ਓਪਰਚ्युनिटीज टू ਡਿਵੈਲਪ ਹਰ ਪਰਸਨੈਲਿਟੀ ਉਹਨੂੰ ਆਪਣੀ ਕਿਰਦਾਰ ਨੂੰ ਆਪਣੀ ਪਰਸਨੈਲਿਟੀ ਨੂੰ ਆਪਣੀ ਜਿਹੜੀ ਹੈ ਮਾਨਸਿਕ ਸ਼ਰੀਰਿਕ ਔਰ ਬੋਧਿਕ ਅਧਿਆਤਮਿਕ ਵਿਕਾਸ ਕਰਨ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ ਜੀ ਔਰ ਜੇ ਔਰਤ ਪੂਰੀ ਤਰ੍ਹਾਂ ਦੇ ਨਾਲ ਸਿੱਖਿਸ਼ਿਤ ਹੈ ਔਰ ਪ੍ਰਾਸ਼ਿਕਸ਼ਿਤ ਹੈ ਔਰ ਆਪਣੇ ਪੈਰਾਂ ਤੇ ਖੜੀ ਹੈ ਤਾਂ ਫਿਰ ਨੇਚਰਲੀ ਸਮਾਜ ਦੀਆਂ ਕੁਰੀਤੀਆਂ ਹੌਲੀ-ਹੌਲੀ ਜਿਹੜੀਆਂ ਦੋ-ਚਾਰ ਰਹਿ ਵੀ ਗਈਆਂ ਦੂਰ ਹੋ ਜਾਣੀ ਦੂਰ ਹੋ ਜਾਣਗੀਆਂ ਬਿਲਕੁਲ ਸਮਾਂ ਸਾਡੇ ਕੋਲ ਥੋੜਾ ਰਹਿ ਗਿਆ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿਉਂਕਿ ਇੰਨੀ ਸੋਹਣੀ ਔਰ ਇੰਨੀ ਖੂਬਸੂਰਤ ਜਾਣਕਾਰੀ ਤੁਸੀਂ ਸਾਨੂੰ ਦੇ ਰਹੇ ਹੋ ਜਿਹੜੀਆਂ ਗੱਲਾਂ ਦਾ ਨਹੀਂ ਵੀ ਪਤਾ ਉਹ ਵੀ ਤੁਹਾਡੇ ਤੋਂ ਜਾਣਨ ਨੂੰ ਮਿਲ ਰਹੀਆਂ ਹੈ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਮੈਂ ਖਾਸ ਕਰਕੇ ਆਪਣੀਆਂ ਭੈਣਾਂ ਨੂੰ ਬੱਚੀਆਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ ਬੇਟਾ ਆ ਸੁਤੰਤਰਤਾ ਦਿੱਤੀ ਨਹੀਂ ਜਾਂਦੀ ਲਿੱਤੀ ਜਾਂਦੀ ਹੈ ਜੀ ਲਿੱਤੀ ਵੀ ਲੜਾਈ ਨਾਲ ਨਹੀਂ ਕਿਰਦਾਰ ਨਾਲ ਲਿੱਤੀ ਜਾਂਦੀ ਹੈ ਆਪਣੇ ਕਿਰਦਾਰ ਨੂੰ ਇੰਨਾ ਮਜ਼ਬੂਤ ਬਣਾਉਣਾ ਚਾਹੀਦਾ ਹੈ ਕਿਉਂਕਿ ਜੇ ਸਾਡਾ ਕਿਰਦਾਰ ਮਜ਼ਬੂਤ ਹੈ ਸਾਨੂੰ ਕੋਈ ਪੜਨ ਤੋਂ ਨਹੀਂ ਰੋਕੇਗਾ ਸਾਨੂੰ ਕੋਈ ਬਾਹਰ ਨਿਕਲਣ ਤੋਂ ਨਹੀਂ ਰੋਕੇਗਾ ਅਗਰ ਅਸੀਂ ਮਜ਼ਬੂਤ ਆ ਯਾਨੀ ਆਪਣਾ ਹੈਡ ਆਪਣਾ ਹਾਰਟ ਆਪਣੇ ਹੈਂਡ ਯਾਨੀ ਕਿ ਹੈਡ ਨਾਲ ਖੂਬ ਪੜੋ ਲਾਇਕ ਬਣੋ ਆਪਣੀ ਮਾਨਸਿਕਤਾ ਪਰਿਵਰਤਿਤ ਕਰੋ ਆਪਣੇ ਆਪਣਾ ਬੌਧਿਕ ਵਿਕਾਸ ਕਰੋ ਔਰ ਹਾਰਟ ਦਾ ਮਤਲਬ ਹੈ ਇਮੋਸ਼ਨਲੀ ਸਟਰੋਂਗ ਹੋਣਾ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਰੋਣ ਲੱਪ ਪੈਣਾ ਨਿੱਕੀ ਨਿੱਕੀ ਗੱਲ ਤੇ ਵੀਕ ਵੀਕਨੈਸ ਸ਼ੋਅ ਕਰਨੀ ਇਹ ਇਹ ਸ਼ੋਭਾ ਨਹੀਂ ਦਿੰਦਾ ਯਾਨੀ ਕਿ ਦੇ ਕੋਨਾ ਕੋਈ ਰਿਸਪੈਕਟ ਦਿੰਦਾ ਨਹੀਂ ਬੇਟਾ ਦੁਨੀਆ 'ਚ ਰਿਸਪੈਕਟ ਲੈਣੀ ਪੈਂਦੀ ਹੈ ਔਰ ਲੈਣੀ ਰਿਸਪੈਕਟ ਲੈਣੀ ਪੈਂਦੀ ਹੈ ਆਪਣੇ ਕਿਰਦਾਰ ਦੇ ਨਾਲ ਤੁਸੀਂ ਘਰ ਤੇ ਬਾਹਰ ਦੋਵੇਂ ਜਗ੍ਹਾ ਕੰਮ ਕਰਨਾ ਹੈ ਤੁਹਾਡਾ ਕਿਰਦਾਰ ਇਦਾਂ ਦਾ ਹੋਣਾ ਚਾਹੀਦਾ ਕਿ ਤੁਸੀਂ ਇੱਜ਼ਤ ਦੇ ਪਾਤਰ ਬਣੋ ਹਾਂ ਤੁਹਾਨੂੰ ਤੁਹਾਡਾ ਕਿਰਦਾਰ ਐਸਾ ਹੋਣਾ ਚਾਹੀਦਾ ਕਿ ਕੋਈ ਤੁਹਾਡੇ ਵੱਲ ਗਲਤ ਨਜ਼ਰ ਨਾ ਦੇਖ ਨਾ ਸਕੇ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਬੁਲੰਦ ਕੀਤਾ ਹੋਇਆ ਆਪਣੀ ਹੋਣ ਨੂੰ ਐਸਾ ਬੁਲੰਦ ਕੀਤਾ ਹੋਇਆ ਕਿ ਜਿੱਥੇ ਵੀ ਜਾਂਦੇ ਹੋ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਵੈ ਸੋ ਮੇਰਾ ਤੇ ਇਹੀ ਹੈ ਕਿ ਵੀ ਔਰਤ ਸਮਾਜ ਦੇ ਅੰਦਰ ਆਪਣਾ ਡਬਲ ਰੋਲ ਹੱਸ ਕੇ ਖਿੜੇ ਮੱਥੇ ਆਪਣੇ ਮਜ਼ਬੂਤ ਕਿਰਦਾਰ ਦਾ अगर निभाए ए भारतीय समाज जिन्नू कै ਲੋਕ ਹੀ ਕਹਿੰਦੇ ਜੀ ਇੱਥੇ ਬੜੀ ਔਰਤ ਨਹੀਂ ਵੀ ਹੈ ਔਰਤ ਕੋਈ ਨਹੀਂ ਵੀ ਨਹੀਂ ਅੱਛਾ ਸਮਾਜ ਸੁਖਦ ਸਮਾਜ ਔਰ ਬੜਾ ਖੁਸ਼ਹਾਲ ਸਮਾਜ ਔਰਤ ਦੀ ਵਜੋਂ ਬਣ ਜਾਏਗਾ ਬਹੁਤ ਅੱਛੇ ਬਹੁਤ ਮਤਲਬ ਆਪਾਂ ਕਹਿ ਸਕਦੇ ਆ ਕਿ ਸਮਾਜ ਦੇ ਵਿੱਚ ਜਿਹੜਾ ਔਰਤ ਦਾ ਰੁਤਬਾ ਹੈ ਉਹ ਵਾਕਈ ਬਹੁਤ ਹੀ ਉੱਚਾ ਹੈ ਔਰ ਉਹਨੂੰ ਉੱਚਾ ਬਣਾਈ ਰੱਖਣਾ ਹੈ ਤੇ ਹੋਰ ਉੱਚਾ ਬਣਾਉਣ ਦੀ ਲੋੜ ਹੈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਵਗਦੀ ਰાવી ਮਾਹੀ बगदिराविवे पे विच बगदिरावि महि वे बगदिरावि महि वे, वे आप टूर् चले ओ मा आप चले ਚੱਲਿਓ ਮਾਹੀ ਆਪ ਟੁਰ ਚੱਲਿਓ ਮਾਹੀ ਆਪ ਟੁਰ ਚੱਲਿਓ ਮਾਹੀ ਸਾਨੂੰ ਦਇਆ ਦਿਲਾ ਸੇ ਟੋਲਾ ਵਗਦੀਰਾ